17 ਦਫ਼ਤਰ ਪੰਜਾਬ ਨਾਰਕੋਟਿਕਸ ਬਿਊਰੋ ਦੇ ਖੁੱਲ੍ਹਣਗੇ। ਅਤੇ ਜਦੋਂ 17 ਦਫ਼ਤਰ ਖੁੱਲ੍ਹ ਗਏ ਅਤੇ ਉੱਥੇ ਚੱਲਣ ਲੱਗ ਗਿਆ ਕੰਮ, ਅਤੇ ਇਹਨਾਂ ਦੀਆਂ ਗਿੱਚੀਆਂ ਤੋਂ ਫੜ ਫੜ ਇਹਨਾਂ ਨੂੰ ਸਿੱਟੋ। ਉੱਥੇ ਜਿਹੜਾ ਵੀ ਰਲਿਆ, ਕੋਈ ਪੋਲੀਟੀਕਲ ਲੀਡਰ ਰਲੇ ਆ, ਕਾਂਗਰਸੀ ਰਲੇ ਆ, ਕੋਈ ਅਕਾਲੀ ਦਲ ਨਾਲ ਰਲੇ ਆ, ਕੋਈ ਆਮ ਆਲ, ਇਹਨਾਂ ਨੂੰ ਸਾਰਿਆਂ ਨੂੰ ਚੱਕ ਕੇ ਡਿਬਰੂਗੜ੍ਹ। ਇਕੱਲੇ ਇਕੱਲੇ ਦਾ ਹਿਸਾਬ ਆ ਜਿਹੜਾ ਉਹ ਇੱਥੇ ਮੈਂ ਬਹਿ ਕੇ ਮਹਿਕਮਿਆਂ 'ਚੋਂ ਇਹਨਾਂ ਦਾ ਕਰਵਾਊਂਗਾ। ਜਿਹੜੇ ਮਹਿੰਦੀ ਲਾਉਣੀ ਹੈ ਸ਼ਗਨ, ਉਹ ਛੇਤੀ ਨਿਬੇੜ ਲੈਣ। ਉਹ ਪੰਜਾਬ ਦਾ, ਸਿੱਖਾਂ ਦਾ ਬਹੁਤ ਪਿਆਰ ਕਰਦੇ ਆ, ਬਹੁਤ ਕੁਛ ਕਰਨਾ ਚਾਹੁੰਦੇ ਆ, ਅਤੇ ਉਹ ਕਰਾਂਗੇ। ਪ੍ਰਤਾਪ ਸਿੰਘ ਬਾਜਵਾ ਵੀ ਤੁਹਾਡੇ 'ਤੇ ਤੰਜ ਕੱਸਦੇ ਰਹੇ ਵੀ ਬਿੱਟੂ ਤਾਂ ਹਾਰਨ ਵਾਲੇ ਸੀ, ਅਸੀਂ ਕਿਹੜੇ ਮੂੰਹ ਨਾਲ ਜਵਾਬ ਦਿੰਦੇ, ਚੰਗਾ ਹੋ ਗਿਆ ਚਲੇ ਗਏ। ਸਾਤੇ ਕੀ ਕਰਨਗੇ ਹੁਣ, ਮੈਨੂੰ ਇਹ ਦੱਸ ਕੀ ਕਰਨਗੇ, ਸਵਾਏ ਕਾਲੇ ਕੱਪੜੇ ਪਾ ਦਿੱਤੇ, ਸਵਾਏ ਇਹ ਗਾਂਧੀ ਮੂਰਤੀ ਤੋਂ ਬਹਿ ਕੇ ਜਾਂ ਅੰਦਰ ਰੌਲਾ ਪਾਉਣ ਤੋਂ ਸਵਾਏ ਇਹ ਕੱਖ ਨਹੀਂ ਕਰ ਸਕਦੇ। ਵੀ ਜੇ ਰਾਹੁਲ ਗਾਂਧੀ ਉਹਨਾਂ ਨੂੰ ਪਿਛਲੇ 5 ਸਾਲ 'ਚ ਕਦੇ ਇਕੱਲਾ ਮਿਲਿਆ ਹੋਵੇ ਤਾਂ ਔਨ ਰਿਕਾਰਡ ਮੈਂ ਕਹਿ ਰਿਹਾ ਆਹ ਗੱਲ ਉਹ ਕਹਿ ਦੇਣ, ਅਤੇ ਮੈਂ ਜੋ ਕਹੂੰਗੇ ਉਹ ਕਰ। ਪਹਿਲਾਂ ਕਾਂਗਰਸ ਛੱਡ ਕੇ ਬੀਜੇਪੀ ਦੇ ਵਿੱਚ ਆਏ ਰਮਨੀਤ ਸਿੰਘ ਬਿੱਟੂ 3 ਵਾਰ ਦੇ ਮੈਂਬਰ ਪਾਰਲੀਮੈਂਟ, ਅਤੇ ਚੋਣ ਹਾਰ ਗਏ ਪੰਜਾਬ ਦੇ ਵਿੱਚ ਅਤੇ ਕੇਰਲ ਦੇ ਵਿੱਚ। ਦੋ ਉਦਾਹਰਨਾਂ, ਐਲ ਮੁਰਗਮ ਅਤੇ ਆਪਣਾ ਰਮਨੀਤ ਸਿੰਘ ਬਿੱਟੂ, ਦੋ ਐਸੇ ਮੰਤਰੀ ਬਣਾਏ ਗਏ ਜਿਹੜੇ ਨਾ ਹੇਠਲੇ ਸਦਨ ਦੇ ਮੈਂਬਰ ਨਾ ਉੱਚ ਸਦਨ ਦੇ ਮੈਂਬਰ। ਬੇਟਾ ਜੀ ਬਿਲਕੁਲ ਤੁਸੀਂ ਠੀਕ ਕਿਹਾ, ਮੈਂ ਤਾਂ ਉਹ ਤਾਂ ਮਤਲਬ ਇਲੈਕਸ਼ਨ ਨਹੀਂ ਲੜੇ, ਮੈਨੂੰ ਤਾਂ ਇਲੈਕਸ਼ਨ ਲੜਨ ਤੋਂ ਬਾਅਦ ਜਦੋਂ ਬੀਜੇਪੀ ਜੁਆਇਨ ਕਰਨ ਤੋਂ ਮੈਂ ਤਾਂ ਸਿਰਫ ਇੱਕ ਟਿਕਟ ਲੈ ਕੇ ਚਲਾ ਗਿਆ ਸੀ, ਜਿੱਤ ਹਾਰ ਦਾ ਤਾਂ ਕੁਦਰਤ ਨੂੰ ਪਤਾ ਸੀ, ਉਹ ਫੈਸਲਾ ਹੋ ਗਿਆ। ਪਰ ਵੱਡੀ ਗੱਲ ਇਹ ਆ ਵੀ ਮੈਨੂੰ ਜਿਹੜੀ ਕੋਈ ਮਿਨਿਸਟਰੀ ਆ ਉਹ ਸਿਰਫ ਮੇਰੇ ਨੂੰ ਮੈਨੂੰ ਨਹੀਂ ਕੋਈ ਮਿਲੀ, ਇਹ ਮਿਨਿਸਟਰੀ ਸਿਰਫ ਪੰਜਾਬ ਨੂੰ ਮਿਲੀ ਹੈ, ਪੰਜਾਬ ਨੂੰ ਦੇਖਦੇ ਹੋਏ ਜਿਹੜਾ ਹੈ ਉਹ ਸਿਹਰਾ ਮੇਰੇ ਗਲ 'ਚ ਪਿਆ ਹੈ। ਪਰ ਪ੍ਰਾਇਓਰਿਟੀ ਬੀਜੇਪੀ ਦੀ ਅਤੇ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਦੀ, ਅਮਿਤ ਸ਼ਾਹ ਜੀ ਦੀ ਜਿਹੜੀ, ਉਹ ਪੰਜਾਬ। ਹਿਸਟਰੀ 'ਤੇ ਨਜ਼ਰ ਮਾਰੀਏ ਤਾਂ ਡਾਕਟਰ ਮਨਮੋਹਨ ਸਿੰਘ ਬਿਨਾਂ ਚੋਣ ਜਿੱਤੇ ਮੰਤਰੀ ਪ੍ਰਧਾਨ ਮੰਤਰੀ ਬਣੇ, ਅਰੁਣ ਜੇਟਲੀ ਮੰਤਰੀ ਬਣੇ, ਅਤੇ ਇਸੇ ਤਰ੍ਹਾਂ ਹੀ ਹਰਦੀਪ ਸਿੰਘ ਪੁਰੀ ਬਣੇ, ਅਤੇ ਚੌਥਾ ਨਾਂ ਰਵਨੀਤ ਸਿੰਘ ਬਿੱਟੂ ਦਾ। ਇਹ ਵੀ ਗੱਲ ਤੁਸੀਂ ਬੜੀ ਬੜੇ ਬੇਕਮਾਲ ਕਹੀ ਬਈ, ਇਸ ਤਰੀਕੇ ਨਾਲ ਵਾਕਈ ਇਹ ਹੋਇਆ ਹੈ ਤਾਂ ਸੱਚ ਆ ਹੁਣ ਇਹਨੂੰ, ਅਤੇ ਹੋਰ ਵੀ ਮੰਤਰੀ ਬਣਦੇ ਰਹੇ। ਪਰ ਇਹ ਗੱਲ ਠੀਕ ਆ ਬਈ ਹਾਰਨ ਤੋਂ ਬਾਅਦ ਜਿਹੜਾ ਮਿਨਿਸਟਰੀ ਮਿਲਣਾ ਉਹ ਇੱਕ ਮੈਰੀ ਲਈ ਤਾਂ ਮੈਂ ਸਮਝਦਾ ਰੋਮ ਰੋਮ ਕਰਜਈ ਆ, ਪਰ ਇਹਦੇ ਵਿੱਚ ਇੱਕੋ ਹੀ ਗੱਲ ਆ ਬਈ ਮੈਂ ਚਾਹੇ 2-3 ਵਾਰ ਦਾ ਮੈਂਬਰ ਪਾਰਲੀਮੈਂਟ ਸੀ, ਮੈਂ 1 ਮਿੰਟ 'ਚ ਛੱਡ ਕੇ ਕਾਂਗਰਸ ਜਿਹੜਾ ਹੈ ਮੈਂ ਉਹ ਬੀਜੇਪੀ 'ਚ ਆ ਗਿਆ, ਅਤੇ ਮੇਰੀ ਲੜਾਈ ਵੀ ਕਿਹੜੀ ਸੀ, ਮੇਰੀ ਲੜਾਈ ਇਹ ਸੀ ਵੀ ਇਹ ਹਮੇਸ਼ਾ, ਅੱਜ ਦੇਖੋ ਕਾਂਗਰਸ ਪਾਰਟੀ ਇੱਕ ਪਾਸੇ ਤਾਂ ਇਹ ਸ਼ਹਾਦਤਾਂ ਦੀ ਗੱਲ ਕਰਦੀ ਆ, ਦੂਜੇ ਪਾਸੇ ਧਰਮਵੀਰ ਗਾਂਧੀ ਹੋਣੀ ਖਾਲਿਸਤਾਨ ਰੈਫਰੈਂਡਮ ਦੀ ਵੀ ਗੱਲ ਕਰਦੇ ਰਹੇ ਆ, ਦੂਜੇ ਪਾਸੇ ਉਹ ਲੋਕ ਵੀ ਨੇ ਜਿਹੜੇ ਕਹਿੰਦੇ ਵੀ ਪੰਜਾਬ 'ਚੋਂ ਬਾਕੀ ਸਟੇਟਾਂ ਵਾਲਿਆਂ ਨੂੰ ਕੱਢ ਦਿਓ, ਉਹ ਵੀ ਗੱਲਾਂ ਹੈ ਜਿਹੜੀਆਂ ਅੰਮ੍ਰਿਤਪਾਲ ਦੇ ਹੱਕ 'ਚ ਕਰਦੀ ਰਹੀ ਦਾ। ਹੋਰ ਮੈਂ ਇਹ ਨਹੀਂ ਕਹਿੰਦਾ ਵੀ ਗਲਤ ਨੇ, ਪਰ ਕਿਤੇ ਤਾਂ ਲਾਈਨ ਤਾਂ ਕੋਈ ਡਰਾ ਹੋਣੀ ਚਾਹੀਦੀ ਹੈ। ਹੁਣ ਮੈਂ, ਮੇਰੇ ਨਾਲ ਗੁੱਸਾ ਕਿੱਥੋਂ ਸ਼ੁਰੂ ਹੋਇਆ, ਮੈਂ ਕਿਹਾ ਜੀ ਜੇ ਤੁਸੀਂ ਦੇਖੋ ਸੋਨੀਆ ਗਾਂਧੀ ਜੀ ਤਾਂ ਚਲੋ ਬਹੁਤ ਵੱਡੇ ਆ, ਪਰ ਲਗਾਤਾਰ ਜੇ 3 ਵਾਰ ਕੋਈ ਜਿੱਤਿਆ, ਜੇ ਕੋਈ ਜਿੱਤਿਆ ਚਾਹੇ ਸਾਰੀ ਕਾਂਗਰਸ 14 'ਚ ਹਾਰ ਗਈ, ਮੈਂ ਜਿੱਤ ਕੇ ਆਇਆ, 19 'ਚ ਸਾਰੀ ਕਾਂਗਰਸ ਹਾਰ ਗਈ, ਮੈਂ ਜਿੱਤ ਕੇ ਆਇਆ। ਪਰ ਤੁਸੀਂ ਸਿਰਫ ਜਿਹੜੇ ਉਰੇ ਚਮਚੇ ਨੇ
ਜਾਂ ਜਿਹੜੇ ਤੁਹਾਡੀਆਂ ਝੋਲੀਆਂ ਭਰਦੇ ਉਹਨਾਂ ਨੂੰ ਬਣਾਉਂਦੇ ਹੋ। ਕਿਸੇ ਨੂੰ ਤੁਸੀਂ ਜਿਹੜਾ ਕੋਈ ਦੇਸ਼ ਦੀ ਗੱਲ ਕਰਦਾ, ਆਪਣੇ ਹਿੱਤਾਂ ਦੀ ਗੱਲ ਕਰਦਾ ਪੰਜਾਬ ਦੇ, ਤੁਸੀਂ ਉਹਨੂੰ ਕਿਸੇ ਨੂੰ ਨਹੀਂ ਬਣਾਉਂਦੇ। ਉਸ ਗੱਲ 'ਤੇ ਕੋਈ ਜਵਾਬ ਨਹੀਂ ਸੀ। ਉਦੋਂ ਬਾਅਦ ਫਿਰ ਮੈਂ ਸੋਚਿਆ, ਮੈਂ ਕਿਹਾ ਯਾਰ ਇਹਨਾਂ ਨੇ ਤਾਂ ਕਦੇ ਸਰਕਾਰ 'ਚ ਆਉਣਾ ਨਹੀਂ, ਬਾਕੀ ਸਟੇਟਾਂ ਕਿਤੇ ਦੀਆਂ ਕਿਤੇ ਪਹੁੰਚ ਰਹੀਆਂ, ਅਤੇ ਇਸ ਕਰਕੇ ਅਸੀਂ ਕਾਂਗਰਸ 'ਚ ਪੰਜਾਬ 'ਚ ਬਹਿ ਕੇ, ਅਤੇ ਇਹਦਾ ਨੁਕਸਾਨ ਇੱਥੇ ਕੋਠੀ ਮਿਲ ਜਾਂਦੀ ਹੈ, ਘਰ ਗੱਡੀ ਆਪਣਾ ਮਿਲ ਜਾਂਦਾ ਅਤੇ ਮੌਜਾਂ ਹੈ। ਅਤੇ ਜੇ ਕੁਛ ਪੰਜਾਬ ਦਾ ਕਰਨਾ, ਇਹਨਾਂ ਦੀ ਤਾਂ ਵਾਰੀ ਆਉਣੀ ਨਹੀਂ। ਅਤੇ ਜੇ ਪੰਜਾਬ ਹੋਰ 5 ਸਾਲ ਅਸੀਂ ਰਹਿ ਗਏ ਸੈਂਟਰ ਤੋਂ ਬਗੈਰ, ਅਤੇ ਪੰਜਾਬ ਦਾ ਬਣੂੰਗਾ ਕੀ? ਇਹ ਗੱਲ ਸੋਚ ਕੇ ਬੀਜੇਪੀ 'ਚ ਗਏ, ਉਹਨਾਂ ਨੂੰ ਇਹ ਗੱਲ ਪਤਾ ਹੈ ਵੀ ਇਹ ਫੈਸਲਾ ਇਸ ਕਰਕੇ ਲਿਆ, ਅਤੇ ਉਹਨਾਂ ਦੇ ਮਨ 'ਚ ਇਹ ਸੀ ਵੀ ਜੇ ਕੁਛ ਕਰਨ ਨੂੰ ਹੀ ਆਇਆ ਤਾਂ ਫਿਰ ਕਿਉਂ ਨਾ ਇਹ ਤੋਂ ਕਰਵਾਈਏ। ਪਰ ਦੂਜੇ ਪਾਸੇ ਅਮਰਿੰਦਰ ਸਿੰਘ ਰਾਜਾ ਵੜਿੰਗ ਕਹਿੰਦੇ ਆ ਵੀ ਸਾਡੀ ਪ੍ਰਾਪਤੀ ਆ 7 ਸੀਟਾਂ ਅਸੀਂ ਜਿੱਤ ਗਏ, ਅਤੇ ਪ੍ਰਤਾਪ ਸਿੰਘ ਬਾਜਵਾ ਵੀ ਤੁਹਾਡੇ 'ਤੇ ਤੰਜ ਕੱਸਦੇ ਰਹੇ ਵੀ ਬਿੱਟੂ ਤਾਂ ਹਾਰਨ ਵਾਲੇ ਸੀ, ਅਸੀਂ ਕਿਹੜੇ ਮੂੰਹ ਨਾਲ ਜਵਾਬ ਦਿੰਦੇ, ਚੰਗਾ ਹੋ ਗਿਆ ਚਲੇ ਗਏ। ਦੇਖੋ ਮੈਂ ਤਾਂ ਮੇਰੇ ਤੋਂ ਬੜੇ ਨੇ ਬਾਜਵਾ ਸਾਹਿਬ ਹੋਣੀ, ਮੈਂ ਤਾਂ ਪਤਾ ਨਹੀਂ ਉਹਨਾਂ ਦੇ ਮਨ 'ਚ ਕੀ ਗੱਲ ਆ ਕੀ ਨਹੀਂ। ਮੈਂ ਤਾਂ ਕਦੇ ਉਹਨਾਂ ਨੂੰ ਅੱਜ ਤੱਕ ਜਿੰਨਾ ਚਿਰ ਵੀ ਤੁਸੀਂ ਵੀ ਤੁਹਾਨੂੰ ਵੀ ਪਤਾ ਹੈ ਉਰੇ ਹੀ ਦੇਖਦੇ ਰਹੇ ਹੋ, ਮੈਂ ਤਾਂ ਉਹਨਾਂ ਦੇ ਨਾਲ ਹੀ ਜਦੋਂ ਵੀ ਉਹਨਾਂ 'ਤੇ ਕੋਈ ਭੀੜ ਪਈ ਆ ਪਾਰਟੀ ਦੇ ਵਿੱਚ ਵੀ, ਮੈਂ ਤਾਂ ਉਹਨਾਂ ਦੇ ਨਾਲ ਹੀ ਰਿਹਾ। ਪਰ ਰੱਬ ਜਾਣੇ ਉਹਨਾਂ ਨੂੰ ਕਿਸ ਚੀਜ਼ ਦਾ ਮੇਰੇ ਤੋਂ ਖਤਰਾ ਹੈ, ਕਿਸ ਚੀਜ਼ ਦਾ ਗੱਲ ਸੀ। ਹੁਣ ਤਾਂ ਮੈਂ ਪਾਰਟੀ ਵੀ ਛੱਡਿਆ ਹੈ, ਗੱਲ ਮੇਰੇ ਤੋਂ ਕੋਈ ਉਹਨਾਂ ਨੂੰ ਡਰ ਨਹੀਂ ਗਾ, ਕੋਈ ਮੇਰੇ ਪ੍ਰਤੀ ਪਤਾ ਨਹੀਂ ਕਿਉਂ ਇਹ ਸਾਰੀ ਐਡੀ ਬੜੀ ਨਫ਼ਰਤ ਕਿਉਂ ਭਰੀ ਹੋਈ ਹੈ ਇਹਨਾਂ ਦੇ ਮਨ 'ਚ। ਹਜੇ ਕਿ ਮੈਂ ਕਦੇ ਵੀ ਇਹਨਾਂ ਦੇ ਪੈਰੀਂ ਹੱਥ ਲਾਏ ਤੋਂ ਬਗੈਰ, ਮੈਂ ਇਹਨਾਂ ਦੇ ਸਤਿਕਾਰ 'ਚ ਕਦੇ ਕੋਈ ਕਮੀ ਨਹੀਂ ਛੱਡੀ ਜੋ ਸਾਨੂੰ ਪਰਿਵਾਰ ਨੇ ਸਿਖਾਇਆ। ਪਰ ਇਹਨਾਂ ਦੇ ਮਨ 'ਚ ਇਹ ਇੱਕਦਮ ਉਦੋਂ ਪਤਾ ਲੱਗੀਆਂ ਗੱਲਾਂ ਫੁੱਟੀਆਂ ਜਦੋਂ ਮੈਂ ਬੀਜੇਪੀ 'ਚ ਗਿਆ ਹੈ, ਵੀ ਇਹਨਾਂ ਦੇ ਮਨ 'ਚ ਕਿੰਨਾ ਮੇਰੇ ਪ੍ਰਤੀ ਭਰਿਆ ਹੋਇਆ ਹੈ। ਪਰ ਮੈਂ ਤਾਂ ਅੱਜ ਵੀ ਕਹਿਣਾ, ਚਾਹੇ ਕਿਸੇ ਪਾਰਟੀ ਨਾਲ ਕੋਈ ਸੰਬੰਧਿਤ ਆ, ਮੈਂ ਤਾਂ ਉਹਦੀ ਸਹਿਯੋਗ ਦੀ ਲੋੜ ਆ ਅੱਗੇ, ਕਿਉਂਕਿ ਗੱਲ ਪੰਜਾਬ ਦੀ ਆ, ਗੱਲ ਹੁਣ ਬਿੱਟੂ ਦੀ ਜਾਂ ਕਿਸੇ ਦੀ ਨਹੀਂ ਰਹਿ ਗਈ, ਗੱਲ ਪੰਜਾਬ ਦੀ ਆ। ਇਹ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਵੀ ਕੁਛ ਦਿਨਾਂ 'ਚ ਉਹਨਾਂ ਨਾਲ ਗੱਲ ਤਾਂ ਹੁੰਦੀ ਰਹਿੰਦੀ ਹੈ, ਪਰ ਉਹਨਾਂ ਨੂੰ ਮਿਲ ਕੇ ਵੀ ਗੱਲ ਕਰੂੰਗਾ ਵੀ ਪੰਜਾਬ ਦੇ ਖਾਤਰ, ਕਿਸਾਨਾਂ ਖਾਤਰ, ਮਜ਼ਦੂਰਾਂ ਖਾਤਰ ਸੈਂਟਰ ਅਤੇ ਸਟੇਟ ਮਿਲ ਕੇ ਆਪਾਂ ਕੀ ਕਰ ਸਕਦੇ ਹਾਂ, ਕਿਵੇਂ ਇਹਨੂੰ ਦਰੁਸਤ ਕਰ ਸਕਦੇ ਹਾਂ। ਮੇਰੀ ਤਾਂ ਇਹ ਸੋਚ ਆ। ਮੈਂ ਜਿਹੜੀਆਂ ਇਲੈਕਸ਼ਨਾਂ ਦੇ ਭਾਸ਼ਣ ਜੋ ਕੜੱਤਣ ਉਹ ਜਿਹੜੀ ਆ ਉਹ ਹੋ ਗਈ, ਹਵਾ ਗਈ, ਜਿਨ੍ਹਾਂ ਨੇ ਸਰਕਾਰ ਬਣਨੀ ਸੀ ਉਹ ਬਣ ਗਈ, ਜਿਨ੍ਹਾਂ ਨੇ ਰਹਿਣਾ ਸੀ ਉਹ ਰਹਿ ਗਏ। ਹੁਣ ਓਪੋਜੀਸ਼ਨ ਦੇ MP ਕਾਂਗਰਸ ਦੇ ਤੁਸੀਂ ਕਹਿੰਦੇ 7 ਆਏ, 7 ਇਹ ਕੀ ਕਰਨਗੇ? ਹੁਣ ਮੈਨੂੰ ਇਹ ਦੱਸ ਕੀ ਕਰਨਗੇ, ਸਵਾਏ ਕਾਲੇ ਕੱਪੜੇ ਪਾ ਦਿੱਤੇ, ਸਵਾਏ ਇਹ ਗਾਂਧੀ ਮੂਰਤੀ ਤੋਂ ਬਹਿ ਕੇ ਜਾਂ ਅੰਦਰ ਰੌਲਾ ਪਾਉਣ ਤੋਂ ਸਵਾਏ ਇਹ ਕੱਖ ਨਹੀਂ ਕਰ ਸਕਦੇ। ਇਹ ਤਨਖਾਹਾਂ ਘਰੇ ਲੈ ਜਾਣਗੇ, ਇਹ ਕੋਠੀਆਂ ਮਿਲ ਜਾਣਗੀਆਂ, ਉਦੋਂ ਬਾਅਦ ਇਹ ਕੀ ਕਰਨਗੇ ਮੈਨੂੰ ਇਹ ਦੱਸ ਦਿਓ। ਇਹਨਾਂ ਨੂੰ ਪੁੱਛ ਲਿਓ ਵੀ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਮੀਟਿੰਗ ਹੋਈ ਔਰ ਉਸ ਮੀਟਿੰਗ ਦੇ ਵਿੱਚ ਕੀ ਉਹਨਾਂ ਨੇ ਗੁਰਮੰਤਰ ਦਿੱਤਾ? ਹਾਲਾਂਕਿ ਤੁਸੀਂ ਟ੍ਰੈਫਿਕ 'ਚੋਂ ਫਸੇ ਸੀਗੇ, ਦੌੜ ਭੱਜ ਗਿਆ ਆ, ਸੈਰ ਵੀ ਹੋ ਗਈ ਤੁਹਾਡੀ? ਉਹ ਮੇਰਾ ਇਹ ਨਹੀਂ ਸੀ, ਉਹ ਤਾਂ ਅਜੇ 11:30 ਦਾ ਟਾਈਮ ਸੀ। ਪਰ ਗੱਲ ਇਹ ਆ ਵੀ ਜਦੋਂ ਇੱਕ ਟਾਈਮ ਦਿੱਤਾ ਹੋਵੇ ਉਹ ਤੋਂ ਜੇ ਪਹਿਲਾਂ ਜਾਓ ਉਹ ਚੰਗੀ ਗੱਲ ਹੁੰਦੀ ਆ। ਅਤੇ ਦੂਜੀ ਗੱਲ ਆ ਬਈ ਚਾਅ ਵੀ ਹੁੰਦਾ, ਖੁਸ਼ੀ ਵੀ ਹੁੰਦੀ ਆ, ਅਤੇ ਇਸ ਕਰਕੇ ਇੱਕ ਥੋੜ੍ਹਾ ਬਹੁਤਾ ਸਵੇਰ ਦੀ ਜਿਹੜੀ ਸੀ ਉਹ ਜਿਹੜੀ ਉਹ ਬ੍ਰੇਕਫਾਸਟ ਵਗੈਰਾ ਉਹ ਵੀ ਹਜ਼ਮ ਹੋ ਗਿਆ, ਕਸਰਤ ਵੀ ਹੋ ਗਈ। ਹਾਂਜੀ, ਦੂਜੀ ਗੱਲ ਪ੍ਰਧਾਨ ਮੰਤਰੀ ਜੀ ਬਹੁਤ ਸਰਲ, ਇਹਨੂੰ ਚੱਕ ਕੇ ਰੱਖ ਦਿਓ ਜੀ, ਬਹੁਤ ਸਰਲ ਅਤੇ ਸਪਸ਼ਟ ਬੰਦੇ ਆ। ਉਹਨਾਂ ਦਾ ਕੀ ਕਹਿਣਾ ਸੀ ਬਈ ਸਭ ਤੋਂ ਪਹਿਲਾਂ ਜਦੋਂ ਵੀ ਇੱਕ ਆਪਣੇ ਆਪ ਨੂੰ ਅੱਜ ਤੋਂ ਦੇਖੋ ਛੋਟੀਆਂ ਛੋਟੀਆਂ ਗੱਲਾਂ, ਆਪਣੇ ਆਪ ਨੂੰ ਕੋਈ VVIP ਨਹੀਂ ਸਮਝਣਾ। ਸਭ ਤੋਂ ਪਹਿਲਾਂ ਵੀ ਤੁਸੀਂ
ਪਰਿਵਾਰਵਾਦ ਇਹ ਕਿਸੇ ਨੇ ਨਹੀਂ ਕਰਨਾ। ਦੂਜੀ ਸਿੰਪਲ ਗੱਲਾਂ ਵੀ ਆਪਣੀਆਂ ਮਿਨਿਸਟਰੀਆਂ 'ਚ ਜਦੋਂ ਜਾਓਗੇ ਪਹਿਲਾਂ ਸਭ ਤੋਂ ਦੇਖੋ ਵੀ ਤੁਹਾਡੇ ਮੁਲਾਜ਼ਮ ਕਰਮਚਾਰੀ ਨੇ ਉਹਨਾਂ ਨੂੰ ਕੋਈ ਤਕਲੀਫ ਤਾਂ ਨਹੀਂ ਜਿਨ੍ਹਾਂ ਨਾਲ ਕੰਮ ਕਰਨਾ। ਉਦੋਂ ਬਾਅਦ ਜਿਹੜੇ ਉੱਥੇ 20-20 ਸਾਲ ਦੇ 22-22 ਸਾਲ ਦੇ ਬੈਠੇ ਕਰਮਚਾਰੀ ਨੇ ਉਹਨਾਂ ਨਾਲ ਚਾਹ ਪੀਓ, ਉਹਨਾਂ ਨੂੰ ਪਤਾ ਹੁੰਦਾ ਵੀ ਕਿਹੜੀ ਫਾਈਲ ਕਿਵੇਂ ਆ, ਕਿਵੇਂ ਚੰਗਾ ਹੋਇਆ, ਆਹ ਕੰਮ ਮਾੜਾ ਹੋਇਆ, ਇਹ ਐਂ ਹੋਣਾ ਚਾਹੀਦਾ ਸੀ ਫਿਰ ਚੰਗਾ ਹੋ ਜਾਂਦਾ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੇ ਇਹ ਗੱਲ ਦੱਸੀਆਂ। ਅਤੇ ਛੋਟੀ ਛੋਟੀ ਗੱਲ ਇੱਥੇ ਤੱਕ ਵੀ ਭਾਈ ਜਿਹੜਾ ਤੁਸੀਂ ਓਥ ਸੈਰਾਮਨੀ ਆ ਫਿਰਨਾ ਕਿਉਂ ਵੀ ਲੇਟ ਹੋ ਗਏ, ਇਸ ਕਰਕੇ 2 ਘੰਟੇ ਪਹਿਲਾਂ ਹੀ ਚੱਲ ਪਿਓ, ਰਾਹ ਜਿਹੜੇ ਨੇ ਉਹ ਬੜੇ ਟ੍ਰੈਫਿਕ ਵਾਲੇ ਆ। ਇੱਥੇ ਇੱਥੇ ਤੱਕ ਪ੍ਰਧਾਨ ਮੰਤਰੀ ਨੂੰ ਇਹ ਗੱਲਾਂ, ਪਰ ਸਪੈਸੀਫਿਕ ਪੰਜਾਬ ਬਾਰੇ ਮੇਰੇ ਨਾਲ ਇੱਕੋ ਹੀ ਗੱਲ ਵੀ ਬੇਟੂ ਕੱਲਾ ਕੱਲਾ ਦਰਵਾਜ਼ਾ ਖੜਕਾਉਣਾ ਹੈ ਘਰ ਦਾ, ਕੱਲਾ ਕੱਲਾ ਦਰਵਾਜ਼ਾ ਖੜਕਾਉਣਾ ਪੰਜਾਬ ਦਾ, ਅਤੇ ਉਹ ਪੰਜਾਬ 'ਚ ਅਮਨ ਸ਼ਾਂਤੀ ਪੰਜਾਬ, ਕਿਉਂਕਿ ਇਹ ਉਹ ਪ੍ਰਾਈਮ ਮਿਨਿਸਟਰ ਨਹੀਂ ਗੇ ਜਾਂ ਦੂਜੇ ਲੀਡਰ ਨਹੀਂ ਗੇ ਵੀ ਟੋਪੀ ਰੱਖ ਲਈ ਵੀ ਪੱਗ ਕਿਸੇ ਦੇ ਸਿਰ ਤੋਂ ਪਹਿਲਾਂ ਬੰਨੀ ਹੋਈ ਅਤੇ ਜਦੋਂ ਪ੍ਰਧਾਨ ਮੰਤਰੀ ਜਾਂ ਜਿਹੜੇ ਵੀ ਜਾਣ ਲੱਗਦੇ ਆ ਉੱਥੇ ਉਹਨਾਂ ਦੇ ਸਿਰ 'ਤੇ ਰੱਖ ਦਿੰਦੇ ਆ ਪੱਗ। ਨਾ ਇਹ ਸਤਿਕਾਰ ਜਿੱਥੇ ਵੀ ਫੰਕਸ਼ਨ ਹੋਇਆ ਚਾਹੇ 15 ਮਿੰਟ 20 ਮਿੰਟ ਲੱਗ ਗਏ ਪਹਿਲਾਂ ਪੱਗ ਉੱਥੇ ਆਪ ਬਣਾਉਂਦੇ ਆ, ਇਹ ਨਹੀਂ ਵੀ ਕਿਸੇ ਦੀ ਰੱਖੀ ਹੋਈ ਟੋਪੀ ਸਿਰ 'ਤੇ, ਨਾ ਆਪ ਪੱਗ ਬੰਨਣ ਦਾ ਬੜਾ ਫਰਕ ਆ ਅਤੇ ਵੀ ਐਨ ਸਜਾ ਕੇ ਪੱਗ ਬੰਨ ਕੇ ਆਪਣੇ ਗ੍ਰੀਨ ਰੂਮ 'ਚ ਤਿਆਰੀ ਕਰਕੇ ਫਿਰ ਉਹ ਪੱਗ ਜਚਾ ਕੇ ਆਉਣਾ, ਐਡਾ ਸਤਿਕਾਰ ਆ ਵੀ ਮੈਂ ਗੁਰੂਆਂ ਦੀ ਗੱਲ ਕਰਨੀ ਆ, ਗੁਰੂਆਂ ਦੇ ਨਾਂ ਲੈਣੇ ਆ। ਅਤੇ ਉਹ ਪੰਜਾਬ ਦਾ ਸਿੱਖਾਂ ਦਾ ਬਹੁਤ ਪਿਆਰ ਕਰਦੇ ਆ, ਬਹੁਤ ਕੁਛ ਕਰਨਾ ਚਾਹੁੰਦੇ ਆ ਅਤੇ ਉਹ ਕਰਾਂਗੇ। ਆਮ ਆਦਮੀ ਪਾਰਟੀ ਕਹਿੰਦੀ ਆ ਕਿ 3 ਸੀਟਾਂ ਜਿੱਤੀਆਂ ਕੋਈ ਗੱਲ ਨਹੀਂ, ਸਾਡੇ ਕੋਲ 3 ਸਾਲ ਹੈਗੇ ਨੇ, ਅਤੇ ਬੀਜੇਪੀ ਹਮੇਸ਼ਾ ਪੰਜਾਬ ਨਾਲ ਵਿਰੋਧ ਕਰਦੀ ਆ, RDF ਦਾ ਪੈਸਾ ਨਹੀਂ ਦੇ ਰਹੀ, ਅਤੇ ਕੱਲ੍ਹ ਹੀ ਆਪਣਾ ਆਪਣੇ ਹਰਪਾਲ ਸਿੰਘ ਚੀਮਾ ਨੇ ਮੀਟਿੰਗ ਕੀਤੀ ਹੈ, ਪ੍ਰੈਸ ਕਾਨਫਰੰਸ ਕੀਤੀ ਹੈ ਬਿੱਟੂ ਜੀ ਵੀ ਹੁਣ ਤਾਂ ਤੁਹਾਨੂੰ ਮੰਤਰੀ ਬਣਾਤਾ, ਪੰਜਾਬ ਦੇ ਮਸਲੇ ਹੱਲ ਕਰਾਓ। ਕਿਉਂ ਬੜੇ ਕਾਲੇ ਪੈ ਗਏ ਗਏ, ਹਜੇ ਤਾਂ ਤੁਹਾਨੂੰ ਜਿਹੜਾ 2.5 ਸਾਲ ਦਾ 1000 ਰੁਪਈਆ ਤੁਹਾਨੂੰ ਪੁੱਛਦੇ ਆ ਉਹ ਕਿੱਥੇ ਗਿਆ? ਚਲੋ ਮੈਨੂੰ ਤਾਂ ਕਿਹਾ ਅਸੀਂ ਜ਼ਿੰਮੇਵਾਰੀ ਆਪਣੀ ਪੂਰੀ ਨਿਭਾਵਾਂਗੇ, ਪਰ ਇੱਕ ਵਾਰ ਪੰਜਾਬ ਦੇ ਲੋਕ ਨੇ ਨਾ, ਪੰਜਾਬ ਦੇ ਲੋਕ ਇਸ ਵਾਰ ਫੈਸਲਾ, ਦੇਖੋ ਤੁਸੀਂ ਇਹ ਗੱਲ ਮੇਰੀ ਮੰਨੋਗੇ, ਅੰਕੜੇ ਬੋਲਦੇ ਆ ਵੀ ਪਿਛਲੀ ਵਾਰ 40% ਸੀ ਵੋਟ ਕਾਂਗਰਸ ਨੂੰ, 28% 'ਤੇ ਰਹਿ ਗਈ, ਅਕਾਲੀ ਦਲ ਕਿਤੇ 14% 'ਤੇ ਗਿਆ, ਆਮ ਆਦਮੀ ਪਤਾ ਨਹੀਂ ਕਿੱਥੇ ਹੀ ਡਿੱਗੀ। ਜਿਹੋ ਜਿਹੇ ਬਿਆਨ ਦਿੰਦੇ ਆਪਾਂ ਨੂੰ ਕੋਈ ਸੀਰੀਅਸ ਲੈਂਦਾ ਉਹਨਾਂ ਨੂੰ? ਜੇ ਸੀਰੀਅਸ ਲਿਆ ਹੁੰਦਾ ਤਾਂ ਫਿਰ ਆਹ ਹਾਲ ਹੁੰਦਾ? ਅਤੇ ਬੀਜੇਪੀ ਦਾ ਜਿਹੜਾ ਵੋਟ ਸ਼ੇਅਰ ਆ 19% ਗਿਆ, 23 ਸੀਟਾਂ ਜਿਤਾਤੀਆਂ। ਅਤੇ ਇਹ ਦੇਖੋ ਵੀ ਲੋਕ ਬਣਾਉਣਾ ਕਿਹਨੂੰ ਚਾਹੁੰਦੇ ਸੀ? ਉਹ ਗੱਲ ਠੀਕ ਆ ਵੀ ਸਰਕਾਰ ਨੇ ਰਲ ਕੇ, ਸਾਰੀ ਪੁਲਿਸ ਨੇ ਰਲ ਕੇ, ਕਾਂਗਰਸ ਨੇ ਰਲ ਕੇ, ਆਮ ਆਦਮੀ ਨੇ, ਸਾਨੂੰ ਪਿੰਡਾਂ 'ਚ ਵੜਨਾ ਤਾਂ ਬਹੁਤ ਦੂਰ ਦੀ ਗੱਲ ਆ, ਬੂਥ ਨਹੀਂ ਕਿਤੇ ਲੱਗਣ ਦਿੱਤਾ। ਨਹੀਂ ਸ਼ਹਿਰੀ ਤਾਂ 5 ਸੀਟਾਂ ਮੈਂ ਲੁਧਿਆਣੇ 'ਚ ਜਿੱਤ ਗਿਆ, ਕਿਹੜੇ ਮੂੰਹ ਨਾਲ ਇਹ ਗੱਲ ਕਰਦੇ ਆ? ਜੇ ਪਿੰਡਾਂ 'ਚ ਇਸ ਤਰੀਕੇ ਨਾਲ ਇਹ ਨਾ ਹੁੰਦਾ ਤਾਂ ਰਿਜ਼ਲਟ ਤੁਹਾਨੂੰ ਦਿਖਾਉਣ ਦੇ ਵੀ ਸੀਟਾਂ ਕਿਵੇਂ ਜਿੱਤ ਕੇ ਆ ਜਾਂਦੀਆਂ, ਕਾਂਗਰਸ 1 ਵੀ ਨਹੀਂ ਸੀਟ ਜਿੱਤਦੀ ਸੀ। ਇਹ ਗੱਲਾਂ ਹੋਈਆਂ, ਪਰ ਉਹਦੇ ਬਾਵਜੂਦ ਹੁਣ ਅਸੀਂ ਸੈਂਟਰ 'ਚ ਬੈਠ ਗਏ, ਹਰ ਜ਼ਿੰਮੇਵਾਰੀ ਨਿਭਾਵਾਂਗੇ। ਇਹ ਤਾਂ ਨਿਭਾ ਸਕਣਗੇ ਜਾਂ ਨਹੀਂ ਨਿਭਾ ਸਕਣਗੇ, ਕਿਉਂਕਿ 5 ਸਾਲ ਜੋ ਕਾਂਗਰਸ ਨੇ ਲੁੱਟਿਆ, ਮੌਡੀਆਂ ਲੁੱਟ ਲਈਆਂ, ਮਨਰੇਗਾ ਲੁੱਟ ਲਿਆ, ਪਰ ਇਹਨਾਂ ਦੇ ਹਿਸਾਬ ਜ਼ਰੂਰ ਹੋਣਗੇ। ਇਹ ਮੈਂ ਇਲੈਕਸ਼ਨਾਂ 'ਚ ਕਿਹਾ, ਹੁਣ ਨਹੀਂ ਮੈਂ ਕਹਿਣ ਲੱਗਿਆ, ਇਲੈਕਸ਼ਨਾਂ 'ਚ ਮੈਂ ਕਿਹਾ 3 ਸਾਲ ਅਤੇ 7 ਸਾਲ ਦਾ ਬੱਚਾ ਜਿਹੜਾ ਮਾਰਿਆ ਨਾ, ਉਹ ਬਾਪ ਨੂੰ ਮਾਰਨਾ ਕਿਉਂ ਪਿਆ ਅਤੇ ਉਹ ਕਿਉਂ ਮਰਿਆ? ਉਹਦੀ ਇਨਕੁਆਇਰੀ ਤਾਂ ਹੋਊਗੀ ਵੀ ਉਹਦੇ ਪਿੱਛੇ ਸੱਚ ਕੀ ਆ। ਉਹ ਮੰਤਰੀ ਬਣ ਕੇ ਉਹ ਇਨਕੁਆਇਰੀ ਕਿਉਂ ਬੰਦ ਹੋ ਗਈ, ਪਹਿਲਾਂ ਕਿਉਂ ਨਹੀਂ ਬੰਦ ਹੋਈ? ਇਸ ਕਰਕੇ ਮੁੱਖ ਮੰਤਰੀ ਸਾਹਿਬ ਕੋਲ ਵੀ ਜਾਵਾਂਗੇ, ਜਿਹੜੀਆਂ ਟੋਪੀਆਂ ਵਾਲੀਆਂ ਗੱਲਾਂ ਚੱਲਦੀਆਂ
ਵੀ ਤੁਸੀਂ ਭਾਈ ਆ ਐਡੀ ਵੱਡੀ ਇਨਕੁਆਇਰੀ ਆ, ਕਿਉਂ ਬੱਸਾਂ ਰਾਜਸਥਾਨ ਬਣ ਗਈਆਂ, ਉਹਦੀ ਗੱਲ ਕਿਉਂ ਨਹੀਂ ਕਰਦੇ? ਜਾਂ ਤਾਂ ਤੂੰ ਵੀ ਰਲਿਆ ਫਿਰ, ਤੈਨੂੰ ਵੀ ਹਿੱਸਾ ਮਿਲ ਗਿਆ ਇਹਦਾ, ਤੂੰ ਮਨਰੇਗਾ ਦੀ ਜਿਹੜੀ ਠੱਗੀ ਆ ਕਿਉਂ ਨਹੀਂ ਇਸ ਗੱਲ ਨੂੰ ਖੋਲਦਾ? ਜੇ ਕਰਨਗੇ ਤਾਂ ਠੀਕ, ਨਹੀਂ ਫਿਰ ਗਵਰਨਰ ਸਾਹਿਬ ਕੋਲ ਜਾਵਾਂਗੇ। ਬਾਕੀ ਬੜੇ ਬੜੇ ਕਲਸਟਰ ਨੇ ਬਿੱਟਾ ਜੀ, 100-100 ਕਰੋੜ ਰੁਪਈਆ ਆਇਆ ਹੈ, 100-100 ਕਰੋੜ ਰੁਪਈਆ ਮੇਰੇ ਹਲਕੇ 'ਚ ਗਿੱਲ 'ਚ ਸਤਾਂਦਰਾ ਕਲਸਟਰ ਆ, 100 ਕਰੋੜ ਰੁਪਈਆ ਆਇਆ, ਅਤੇ 100 'ਚੋਂ ਥੱਲੇ ਲੱਗਿਆ 10 ਵੀ ਨਹੀਂ ਗਾ। ਇਹ ਜਾਣਕਾਰੀ ਇਹ ਦੇਣੀ ਪਊ ਕਿ ਨਹੀਂ? ਇਹ ਵੱਡੀਆਂ ਇਨਕੁਆਇਰੀਆਂ ਜਿਹੜੀਆਂ ਹਲਕਾ ਗਿੱਲ 'ਚ ਖੁੱਲਣਗੀਆਂ। ਇਸੇ ਤਰੀਕੇ ਨਾਲ 14ਵੇਂ 15ਵੇਂ ਵਿੱਤ ਕਮਿਸ਼ਨ ਦਾ ਕਰੋੜਾਂ ਰੁਪਈਆ ਪਿੰਡਾਂ 'ਚ ਗਿਆ, ਚਾਹੇ ਉਹ ਲੁਧਿਆਣਾ ਹੋਵੇ ਚਾਹੇ ਪੰਜਾਬ ਹੋਵੇ। ਉਹ ਕਿਹਨੇ ਪੈਸਾ ਖਾਧਾ? ਇਕੱਲੇ ਇਕੱਲੇ ਸਰਪੰਚ, ਇਕੱਲੇ ਇਕੱਲੇ ਪੰਚਾਇਤ, ਇਕੱਲੇ ਇਕੱਲੇ ਉਸ ਵੇਲੇ ਦੇ MLA। ਇਨਕੁਆਇਰੀ ਕਿਵੇਂ ਨਹੀਂ ਹੋਊ ਜੀ? ਉਹ ਸਾਰੀਆਂ ਇੱਕ ਦਾ ਖਾਤਾ ਜਿਹੜਾ ਖੁੱਲ੍ਹਣਾ ਪਊਗਾ ਵੀ ਉਹ ਪੈਸੇ ਲੱਗੇ ਕਿੱਥੇ ਆ, ਕਿਹਨੇ ਪੈਸੇ ਆ ਜਿਹੜੇ 14ਵੇਂ 15ਵੇਂ ਵਿੱਤ ਕਮਿਸ਼ਨ 'ਚ? ਕਿਉਂਕਿ ਪੰਜਾਬ ਕੋਲ ਤਾਂ ਜ਼ਹਿਰ ਖਾਣ ਨੂੰ ਪੈਸਾ ਨਹੀਂ ਸੀ, ਦਿੱਤਾ ਹੀ ਕੁਛ ਨਹੀਂ। ਜਿਹੜਾ ਪੈਸਾ ਸਾਰਾ ਉਹ ਸੈਂਟਰ ਦਾ ਗਿਆ, ਮਨਰੇਗਾ ਦਾ ਪੈਸਾ ਅੱਧਾ ਇਹ ਖਾ ਗਏ, 14ਵੇਂ 15ਵੇਂ ਵਿੱਤ ਕਮਿਸ਼ਨ ਦਾ ਇਹ ਪੈਸਾ ਖਾ ਗਏ, ਚਾਹੇ ਉਹ ਦਾਖਾ ਹਲਕਾ ਹੋਵੇ, ਚਾਹੇ ਉਹ ਜਗਰਾਓਂ ਹੋਵੇ, ਐਂ ਸਾਰੇ ਪੰਜਾਬ, ਚਾਹੇ ਉਹ ਗਿੱਦੜਵਾ ਹੋਏ। ਇਸ ਕਰਕੇ ਇਹ ਸਾਰਾ ਸੈਂਟਰ ਦਾ ਪੈਸਾ ਹੈ, ਇਕੱਲੇ ਇਕੱਲੇ ਦਾ ਹਿਸਾਬ ਆ ਜਿਹੜਾ ਉਹ ਇੱਥੇ ਮੈਂ ਬਹਿ ਕੇ ਮਹਿਕਮਿਆਂ 'ਚੋਂ ਇਹਨਾਂ ਦਾ ਕਰਵਾਊਂਗਾ, ਅਤੇ ਜਿਹਤੇ ਇਨਕੁਆਇਰੀ ਦੀ ਲੋਕ ਹੋਊ ਜਿਹ 'ਚ ਉਹ ਏਜੰਸੀਆਂ ਤੋਂ ਇਨਕੁਆਇਰੀਆਂ ਕਰਾਵਾਂਗੇ। ਅਤੇ ਇਹਨਾਂ ਨੂੰ ਇਹ ਨਹੀਂ ਹੋਊਗਾ, ਇਹ ਆਪਸ ਵਿੱਚ ਸਮਝੌਤੇ, ਅਕਾਲੀ ਕਾਂਗਰਸ, ਕਾਂਗਰਸ ਆਮ ਆਦਮੀ, ਹੁਣ ਇਹ ਨਹੀਂ ਹੋਊ, ਇਹ ਸਾਰੇ ਨੰਗੇ ਹੋਣਗੇ ਜਿਹੜੇ ਰਲ ਕੇ ਮੈਚ ਖੇਡਦੇ ਆ ਨਾ। ਪੰਜਾਬ ਦੇ ਲੋਕਾਂ ਦਾ ਪੈਸਾ ਜਿਹੜਾ ਇਹਨਾਂ ਨੇ ਖਾਧਾ ਹੈ, ਜੋ ਉਹਨਾਂ ਤੱਕ ਜੇ ਰੁਪਈਏ 'ਚ ਉਹਨਾਂ ਕੋਲ ਤਾਂ 5 ਪੈਸੇ ਨਹੀਂ ਪਹੁੰਚੇ। ਜਿੱਥੇ ਜਾਂਦੇ ਸੀ ਪਿੰਡਾਂ 'ਚ ਬੀਬੀਆਂ ਤੜਫਦੀਆਂ, ਦਿਖਾਉਂਦੇ ਆ TV'ਆਂ 'ਤੇ ਤੁਸੀਂ ਵੀ ਮਨਰੇਗਾ ਦਾ ਪੈਸਾ ਸਾਨੂੰ ਮਿਲਿਆ ਨਹੀਂ ਜੀ, ਇੰਨੇ ਇੰਨੇ ਦਿਨ ਹੋ ਗਏ, ਅਤੇ ਕਰੋੜਾਂ ਰੁਪਈਆ ਫਿਰ ਗਿਆ ਕਿੱਥੇ? ਉਹ ਪਿੰਡਾਂ 'ਚ ਕਹਿੰਦੇ ਆ ਜੀ ਪੈਸਾ ਲੱਗਿਆ ਨਹੀਂ, ਉਹ 50-50 ਲੱਖ ਤੋਂ ਕਰੋੜ ਆ ਆਬਾਦੀ ਦੇ ਹਿਸਾਬ ਨਾਲ, ਉਹ ਦਿੱਲੀਓਂ ਗਿਆ ਹੋਇਆ, ਉਹ ਪੈਸਾ ਗਿਆ ਕਿੱਥੇ? ਤੁਸੀਂ ਪੈਸੇ ਦੀ ਗੱਲ ਕੀਤੀ ਆ ਵੀ ਬਹੁਤ ਸਾਰੇ ਫੰਡ ਯੂਟੀਲਾਈਜੇਸ਼ਨ ਨਹੀਂ ਕੀਤੇ ਗਏ, ਜਾਂ ਉਹ ਲੈਪਸ ਹੋ ਗਏ, ਜਾਂ ਉਹ ਕਮੀ ਰਹਿ ਗਈ। ਮਨਿਸਟਰ ਆਫ ਸਟੇਟ ਰਵਨੀਤ ਸਿੰਘ ਬਿੱਟੂ, ਹੁਣ ਕਿਵੇਂ ਦੇਖਦੇ ਆ ਪੰਜਾਬ ਨੂੰ, ਜਦੋਂ ਪੰਜਾਬ ਦੇ ਵਿੱਚ ਵਿਰੋਧੀ ਪਾਰਟੀਆਂ, ਕਾਂਗਰਸ ਕਹਿੰਦੀ ਆ ਕਿ ਲਾਅ ਐਂਡ ਆਰਡਰ ਦੀ ਪੋਜੀਸ਼ਨ ਖਰਾਬ ਹੈ, ਬੱਚੇ ਜਿਹੜੇ ਪਲਾਇਨ ਕਰ ਰਹੇ ਨੇ, ਪ੍ਰਵਾਸੀ ਭਾਰਤੀ ਜਿਹੜੇ ਆਸ ਨਾਲ ਇੱਥੇ ਆਉਂਦੇ ਸੀਗੇ ਉਹ ਵੀ ਇਹ ਗੱਲ ਕਹਿੰਦੇ, ਮੁੱਖ ਮੰਤਰੀ ਦੇ ਸਾਹਮਣੇ ਮੁੱਖ ਮੰਤਰੀ ਦੇ 2 MLA ਇਹ ਗੱਲ ਕਹਿ ਰਹੇ ਹੈ ਕਿ ਸਾਡੇ ਬੰਦਿਆਂ ਤੋਂ 1 ਲੱਖ ਰੁਪਈਆ, 5 ਲੱਖ ਰੁਪਈਆ ਰਿਸ਼ਵਤ ਲਈ ਗਈ, ਅਤੇ ਤੁਸੀਂ ਕਿਹੜੇ ਬਦਲਾਅ ਦੀ ਗੱਲ ਕਰਦੇ ਹੋ? ਦੇਖੋ ਬੜਾ ਸੁਣ ਕੇ, ਕਿਉਂਕਿ ਪਹਿਲਾਂ ਟਾਈਮ ਨਹੀਂ ਸੀ, ਮੈਨੂੰ ਵੀ ਕਿਸੇ ਨੇ ਭੇਜਿਆ, ਗੁਪਤਾ ਜੀ ਕੋਈ ਸ਼ਾਇਦ MLA ਨੇ। ਦੇਖੋ ਇੱਕ ਗੱਲ, ਮੈਂ ਨਸ਼ੇ 'ਤੇ ਪਹਿਲਾਂ ਆ ਜਾ, ਨਸ਼ੇ ਦਾ ਮੈਂ ਅਮਿਤ ਸ਼ਾਹ ਜੀ ਜਦੋਂ ਇਹ ਜਿਹੜਾ ਬਦਲਾਅ ਦੀ ਗੱਲ ਕਰਦੇ ਹਾਂ, ਇਹ ਬਦਲਾਅ ਬਾਰੇ ਤਾਂ ਪਹਿਲਾਂ ਵਿਜੇ ਕੁਮਾਰ ਪ੍ਰਤਾਪ, ਹੁਣ ਹੋਰ MLA ਆ ਗਏ, ਇਹ ਕੜੀ ਸ਼ੁਰੂ ਹੋਣੀ ਆ। ਇਹ ਕੜੀ ਮੈਨੂੰ ਪਤਾ ਲੱਗਿਆ, CMO ਕਾਫੀ ਅਫਸਰ ਲੱਗੇ ਹੋਏ MLA ਨੂੰ ਵੀ ਤੁਸੀਂ ਇਹ ਗੱਲਾਂ ਨਾ ਕਰੋ ਬਾਹਰ, ਪਰ ਇਹ ਗੱਲਾਂ ਸੱਚ ਨੇ। NOC ਆ ਜਿਹੜੀ, ਇੱਕ NOC ਜਿਹੜੀ ਕਾਂਗਰਸ ਵੇਲੇ 4-5 ਹਜ਼ਾਰ 'ਚ ਹੋ ਜਾਂਦੀ ਸੀ, ਉਹ 40-50 'ਚ ਹੋ ਰਹੀ ਆ। ਬਿਜਲੀ ਦਾ ਮੀਟਰ ਆ ਜਿਹੜਾ, ਉਹ ਨਹੀਂ ਕਿਤੇ ਲੱਗ ਰਹੇ ਆ। ਜੇ ਕਿਸੇ, ਕਿਉਂਕਿ ਉਹਨਾਂ ਨੇ ਤਾਂ ਸਟ੍ਰਾਈਕ ਹੀ ਕਰਤੀ ਸੀ ਪਟਵਾਰੀਆਂ ਨੇ, ਜਾਂ ਹੋਰ ਆ, ਉਹਨਾਂ ਦੀ ਦਾਲ ਗਲੀ ਹੋਈ ਨਹੀਂ ਕਦੇ, ਅਤੇ ਕੋਈ ਕੰਮ ਥੱਲੇ ਕੋਈ ਕੰਮ ਹੋ ਹੀ ਨਹੀਂ ਰਿਹਾ। ਅਤੇ ਜਿਹੜੇ MLA ਨੇ, ਮੈਂ ਤੁਹਾਨੂੰ ਝੂਠ ਨਹੀਂ ਬੋਲਦਾ, ਮੈਂ ਆਪਣੀ ਕੁਰਸੀ 'ਤੇ ਬੈਠਾ, ਮੈਂ ਗਿੱਲ ਹਲਕਾ ਹੈ, ਗਿੱਲ ਹਲਕੇ 'ਚ ਕਿਸੇ ਨੂੰ ਇਹੀ ਨਹੀਂ ਪਤਾ ਹਜੇ ਤੱਕ ਵੀ ਉਹਨਾਂ ਦਾ MLA ਕੌਣ, ਉਹ ਪੁਰਾਣਾ ਹੀ ਸਮਝ ਜਾਂਦਾ। ਮੈਂ ਕਿਹਾ ਇਹ ਤਾਂ 5 ਸਾਲ ਪਹਿਲਾਂ ਸੀ, ਜਦੋਂ ਕਿਤੇ ਮੇਰਾ ਜ਼ਿਲ੍ਹਾ ਪ੍ਰਧਾਨ ਉੱਥੇ, ਹਾਂ ਹਾਂ, ਉਹ ਹਜੇ ਉਹਨੂੰ ਜਾਣਦੇ ਆ, ਉਹਦਾ ਨਾਂ ਰਹਿੰਦੇ ਆ, ਪਰ ਜਿਹੜਾ ਹੁਣ ਸੰਗੋਵਾਲ ਕੀ ਹੋਣਾ? ਮੈਂ ਸੱਚੀ ਗੱਲ ਦੱਸਦਾ, ਇਹ ਮਜ਼ਾਕ ਵਾਲੀ ਵੀ ਹੈ ਅਤੇ ਇੱਕ ਪਿਛਾ ਵੀ ਹੈਗਾ।
ਜਦੋਂ ਮੈਂ ਕੰਪੇਨ 'ਚ ਜਾਣਾ ਕਲੋਨੀਆਂ ਸਾਰੀਆਂ, ਉਹਦੇ ਵਿੱਚ ਜਾ ਕੇ ਕਿਉਂਕਿ ਮੇਰਾ ਬੀਜੇਪੀ ਦਾ ਜ਼ਿਲ੍ਹਾ ਪ੍ਰਧਾਨ ਵੀ ਉਹ ਵੀ ਸੰਗੋਵਾਲ ਪਿੰਡ ਦਾ, ਉਹਨਾਂ ਦੇ ਮਗਰ ਵੀ ਸੰਗੋਵਾਲ ਲੱਗਦਾ, ਉਹ ਭਾਈ ਜਦੋਂ ਅਸੀਂ ਜਾਣਾ ਵੀ ਮੇਰੇ ਜ਼ਿਲ੍ਹਾ ਪ੍ਰਧਾਨ ਸੰਗੋਵਾਲ ਸਾਹਿਬ, ਉਹ ਲੋਕਾਂ ਨੇ ਖੜ੍ਹੇ ਹੋ ਕੇ ਮਗਰ ਪੈ ਜਾਣਾ ਵੀ ਇਹ ਸੰਗੋਵਾਲ ਆ ਜੀ, ਇਹ ਤਾਂ ਕਦੇ, ਉਹ ਮੈਂ ਕਿਹਾ ਇਹ ਸਾਡਾ ਸੰਗੋਵਾਲ, ਇਹ MLA ਥੋੜ੍ਹੀ, ਇਹ ਲੋਕ ਭੋਲੇ ਹੁੰਦੇ ਆ, ਕਈ ਵਾਰ ਕੁੱਟ ਤੋਂ ਅਸੀਂ ਇਸ ਕਰਕੇ ਬਚਾਉਣਾ ਪਿਆ ਸੰਗੋਵਾਲ ਸਾਹਿਬ ਨੂੰ ਵੀ ਇਹ ਬੀਜੇਪੀ ਦਾ ਜ਼ਿਲ੍ਹਾ ਪ੍ਰਧਾਨ ਹੈ, MLA ਨਹੀਂ ਗਾ, ਆਮ ਆਦਮੀ ਦਾ। ਮੈਂ ਤੁਹਾਨੂੰ ਇਹ ਔਨ ਰਿਕਾਰਡ 'ਤੇ ਵੀ ਗੱਲਾਂ ਹੈ, ਅਤੇ ਆਹ ਹਾਲਾਤ ਇਹਨਾਂ ਦੇ MLA ਦੀਆਂ। ਹੁਣ MLA ਨੇ ਜੁੱਤੀਆਂ ਤੋਂ ਬਚਣ ਲਈ ਉਹ ਗੱਲ CM 'ਤੇ ਪਾਉਣੀ ਪਾਉਣੀ, ਹੁਣ CM 'ਤੇ ਸਿੱਟਣੀ ਆ ਉਹਨਾਂ ਨੇ, ਆਪਣਾ ਬਚਾਅ ਕਰਨਾ ਹੈ। ਅਤੇ ਬਾਕੀ ਗੱਲ ਹੁਣ ਤੁਸੀਂ ਆਪ ਜਾਣਦੇ ਹੋ ਵੀ ਲੁਧਿਆਣਾ ਸੀਟ 'ਚ ਗੱਲ ਕਰਾਂ, ਅਤੇ ਤੀਜੇ ਨੰਬਰ 'ਤੇ ਤਾਂ ਡਿੱਗ ਪਏ ਆ, ਅਤੇ ਉਹ ਕਸੂਰ ਕਿਹਦਾ ਹੈ? ਆਖਰ MLA-ਆਂ ਤੋਂ ਗੱਲ ਸ਼ੁਰੂ ਹੋ ਕੇ ਮੰਤਰੀਆਂ ਤੱਕ ਜਾ ਕੇ ਮੁੱਖ ਮੰਤਰੀ ਤੱਕ ਜਾਂਦੀ ਆ, ਅਤੇ ਇਹ ਗੱਲ ਬਿਲਕੁਲ, ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਸੀ ਜਦੋਂ ਪਾਰਲੀਮੈਂਟ ਦੀ ਇਲੈਕਸ਼ਨ ਹੋ ਜਾਂਦੀ ਆ ਨਾ, ਉਦੋਂ ਬਾਅਦ ਸਮਝ ਲਓ ਵਿਧਾਨ ਸਭਾ ਦੀ ਗੱਲ ਤੁਰੂ, ਉਨਾ ਹੀ ਉਨਾ ਚਿਰ ਹੀ ਇਹ ਜਿਹੜੇ ਵਿਆਹ ਕਰਾ ਗਏ ਬੱਚੇ ਜੰਮ ਲਏ ਉਹ ਠੀਕ ਹੋ ਗਿਆ, ਪਾਰਲੀਮੈਂਟ ਤੋਂ ਪਹਿਲਾਂ ਜਿਹਨੇ ਨਿਬੇੜ ਲਿਆ ਕੰਮ ਨਿਬੇੜ ਲਿਆ, ਵਰਤਾਰਾ ਨਹੀਂ, ਹਾਂ ਵਿਆਹ ਵਾਲਾ, ਹਾਂ ਬੱਚਿਆਂ ਵਾਲਾ ਤਾਂ ਕੁਦਰਤੀ, ਇਹ ਤਾਂ ਪਰ 6 ਤਰੀਕ ਵਾਲੇ ਵੀ ਨੇ, ਬਾਅਦ ਵਾਲੇ ਵੀ ਨੇ। ਹੁਣ ਜਿਹੜਾ ਇਹ ਨਿਬੇੜਨਾ ਨਿਬੇੜ ਲੈਣ, ਜਿਹੜੇ ਮਹਿੰਦੀ ਲਾਉਣੀ ਹੈ ਸ਼ਗਨ ਉਹ ਛੇਤੀ ਨਿਬੇੜ ਲੈਣ, ਨਹੀਂ ਲੋਕਾਂ ਨੇ ਆਉਣ ਵਾਲੇ ਦਿਨਾਂ 'ਚ ਇਹਨਾਂ ਨੂੰ ਕਿਸੇ ਨੂੰ ਕਿਸੇ ਨੇ ਪਿੰਡ 'ਚ ਨਹੀਂ ਵੜਨ ਦੇਣਾ। ਹੁਣ ਆਪਾਂ ਗੱਲ ਕਰਦੇ ਹਾਂ ਮਿਨਿਸਟਰ ਆਫ ਸਟੇਟ ਰਵਨੀਤ ਸਿੰਘ ਬਿੱਟੂ, ਜਦੋਂ ਹਾਰ ਦੇ ਮੰਥਨ ਕਰਨਗੇ ਤਾਂ ਉਦੋਂ ਉਹਦੇ 'ਚ ਇੱਕ ਗੱਲ ਲਿਖਣਗੇ ਕਿ ਕਿਸਾਨੀ ਜਿਹੜੇ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਔਰ ਉਸ ਕਰਕੇ ਹਾਰੇ, ਅਤੇ ਦੂਜੇ ਪਾਸੇ ਜੰਤਰ ਮੰਤਰ 'ਤੇ ਤੁਸੀਂ ਉਨ੍ਹਾਂ ਚਿਰ ਬੈਠੇ ਰਹੇ ਜਿੰਨਾ ਚਿਰ ਕਿਸਾਨ ਜਥੇਬੰਦੀਆਂ ਬੈਠੀਆਂ ਰਹੀਆਂ, ਅਤੇ ਉੱਥੇ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦੇਖੋ ਆਹ ਦੋਨੋਂ ਗੱਲਾਂ ਤੁਸੀਂ ਸਵਾਲ ਪੁੱਛੇ ਤੁਸੀਂ ਤਾਂ ਬੇਟਾ ਜੀ, ਹਰ ਉਦਣ ਸਾਡੇ ਦਰਦ ਦੁੱਖ 'ਚ ਚਾਹੇ ਕੋਈ ਤੁਹਾਨੂੰ ਕੋਈ ਕੁਛ ਕਹਿ ਦੇਵੇ, ਪਰ ਮੈਨੂੰ ਪਤਾ ਤੁਸੀਂ ਗੁਰਦੁਆਰਾ ਸਾਹਿਬ ਆਪਣੇ ਬੰਗਲਾ ਸਾਹਿਬ ਤੁਹਾਡੇ ਕੋਲ ਕਮਰਾ ਹੁੰਦਾ, ਮੈਨੂੰ ਤਾਂ ਯਾਦ ਆ ਵੀ ਗੁਰਦੁਆਰਾ ਸਾਹਿਬ ਤੁਹਾਡੇ ਕੋਲ ਕਮਰਾ, ਜੇ ਮੈਂ ਸਾਲ ਸਵਾ ਸਾਲ ਅਸੀਂ ਪਏ ਹਾਂ ਉੱਥੇ, ਅਤੇ ਉਹਦੇ ਵਿੱਚੋਂ 6 ਮਹੀਨੇ ਤੁਸੀਂ ਉੱਥੇ ਮੌਜੂਦ ਰਹੇ ਹੋ, ਇਹ ਸੱਚ ਆ ਜਾਂ ਝੂਠ ਆ? ਤੁਸੀਂ ਇੱਕ ਗੁਰੂ ਦੇ ਸਿੱਖ ਹੋ, ਬਿਲਕੁਲ ਠੀਕ, ਤੁਸੀਂ ਇੱਕ ਗੁਰੂ ਦੇ ਸਿੱਖ ਹੋ, ਮੈਂ ਇੰਨਾ ਕਹਿ ਸਕਦਾ ਵੀ ਜੇ ਮੈਂ ਝੂਠ ਬੋਲੂੰਗਾ ਤਾਂ ਤੁਸੀਂ ਜ਼ਰੂਰ ਉਹਨੂੰ, ਤੁਸੀਂ ਉੱਥੇ ਗੁਰਦੁਆਰੇ 'ਚੋਂ ਕਵਰ ਸਾਰਾ ਚੈਨਲ ਤੁਹਾਡਾ ਕਰਦਾ ਸੀ, ਅਤੇ ਅਸੀਂ ਸੱਚੇ ਮਨੋਂ ਉੱਥੇ, ਮੈਨੂੰ ਇਹ ਆਸ ਸੀਗੀ, ਮੈਂ ਅੱਜ ਇਹ ਦੱਸ ਕਿਸੇ ਚੈਨਲ 'ਤੇ ਮੈਂ ਗੱਲ ਕਹੀ ਨਹੀਂ ਕਿਉਂਕਿ ਤੁਹਾਨੂੰ ਪਤਾ ਇਹ ਗੱਲ ਦਾ ਵੀ ਮੈਂ ਉੱਥੇ ਮੀਂਹ 'ਚ ਹਨੇਰੀ 'ਚ, ਤੁਹਾਨੂੰ ਪਤਾ ਹਨੇਰੀ ਆ ਜਾਂਦੀ ਕਿਵੇਂ ਆਪਾਂ ਫਿਰ ਉਹ ਥਲੇਟਾਂ ਲਾ ਕੇ ਉਹ ਤਖ਼ਤ ਪੋਸਟ ਉਹ ਬਣਾ ਲਏ, ਜਦੋਂ ਪੁਲਿਸ ਪੱਟ ਕੇ ਗਈ ਆ ਅਤੇ ਦੁਬਾਰਾ ਲਾਇਆ ਆਪਾਂ, ਅਤੇ ਗੁਰਜੀਤ ਸਿੰਘ ਔਜਲਾ ਔਰ ਉਦੋਂ ਪ੍ਰਸ਼ਾਂਤ ਭੂਸ਼ਣ ਤੁਹਾਡੇ ਕੋਲ ਆਏ ਆ, ਮੈਂ ਇਸ ਗੱਲ ਦਾ ਗਵਾਹ ਹਾਂ। ਦੇਖੋ ਉਹੀ ਲੈ ਕੇ ਗਏ ਜਿੱਥੇ ਮੇਰੇ ਮਰਨੋਂ ਬਚਿਆ, ਮੈਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਮੈਮੋਰੀਅਲ ਦੇ ਥਾਂ ਦੇ ਉੱਤੇ, ਜਿੱਥੇ ਰਵਨੀਤ ਸਿੰਘ ਬਿੱਟੂ ਔਰ ਆਪਣਾ ਕੁਲਬੀਰ ਸਿੰਘ ਜੀਰਾ ਔਰ ਬਾਅਦ ਦੇ ਵਿੱਚ ਉਸ ਜਿਹੜੀ ਪਾਰਲੀਮੈਂਟ ਨੇ ਮਿੰਨੀ ਸੰਸਦ ਕੀਤੀ ਸੀ ਉਦੋਂ ਤੁਹਾਨੂੰ ਇਨਪੁੱਟ ਵੀ ਆਏ ਸੀ, ਉਹਨਾਂ ਨੇ ਕਿਹਾ ਵੀ ਹਾਂ ਮਾਰਾਂ ਵੀ ਉੱਥੇ ਨਾਲ ਹੀ ਆ, ਅਸੀਂ ਕਿਹਾ ਯਾਰ ਕੋਈ ਗੱਲ ਨਹੀਂ, ਜਦੋਂ ਇੰਨਾ ਉਹਨਾਂ ਨੇ ਉਦੋਂ ਮੇਧਾ ਪਾਟੇਕਰ, ਪ੍ਰਸ਼ਾਂਤ ਭੂਸ਼ਣ, ਨਿਖਲ ਦੇਵ ਇਹ ਬੰਦਿਆਂ ਨੇ ਉੱਥੇ ਸੱਦਿਆ ਮਿੰਨੀ ਪਾਰਲੀਮੈਂਟ ਵੀ ਚਲੋ, ਪਰ ਆਪਾਂ ਜਦੋਂ ਉਹ ਥੱਲਿਓ ਜੋਗਿੰਦਰ ਯਾਦਵ ਵੀ ਤੁਹਾਨੂੰ ਇਨਵਾਈਟ ਕਰਕੇ, ਜੋਗਿੰਦਰ ਯਾਦਵ ਵੀ ਉਹਦੇ ਵਿੱਚ ਸੀ, ਚੜੂਨੀ ਸਾਹਿਬ ਸੀਗੇ ਫਿਰ ਪਿੱਛੇ ਹਟ ਗਏ ਸੀ, ਚੜੂਨੀ ਸਾਹਿਬ ਪਿੱਛੇ ਹਟ ਗਏ। ਪਹਿਲਾਂ ਜਿਹੜੀ ਕੰਸਟੀਟਿਊਸ਼ਨ ਕਲੱਬ ਦੇ ਵਿੱਚ ਮੀਟਿੰਗ ਹੁੰਦੀ ਹੈ ਔਰ ਸਾਰੇ ਉਹਦੇ 'ਚ ਈਵਨ ਕਿ ਤੁਹਾਡੇ ਕਾਂਗਰਸ ਦੇ ਵੀ ਸੁਬਰਾਮਨੀਅਮ ਸਵਾਮੀ ਉਹਦੇ ਮੀਟਿੰਗ 'ਚ ਸ਼ਾਮਿਲ ਹੁੰਦੇ ਆ। ਤੁਸੀਂ ਬੜੀਆਂ ਯਾਦ ਕਰਾਤੀਆਂ ਸਾਰੀਆਂ ਗੱਲਾਂ।
ਹਜੇ ਕਿ ਮੈਂ ਉਹ ਕੰਸਟੀਟਿਊਸ਼ਨ ਕਲੱਬ ਵਾਲੀ ਮੀਟਿੰਗ 'ਚ ਨਹੀਂ ਗਿਆ ਸੀ ਵੀ ਜਸਵੀਰ ਸਿੰਘ ਡਿੰਪਾ ਸੀਗੇ, ਗੁਰਜੀਤ ਸਿੰਘ ਔਜਲਾ ਸੀ, ਕੁਲਵੀਰ ਸਿੰਘ ਜੀਰਾ ਸੀ ਕਾਂਗਰਸ ਵੱਲੋਂ ਅਤੇ ਗੁਰਮੀਤ ਸਿੰਘ ਆਪਣੇ ਚੜੂਨੀ ਸਾਹਿਬ ਸੀਗੇ। ਮੈਂ ਕਿਹਾ ਵੀ ਇਹ ਸਿਆਸੀ ਗੱਲ ਬਣ ਜਾਣੀ ਆ, ਫਿਰ ਆਪਾਂ ਚਲੋ ਬੇਟਾ ਜੀ ਉਹ ਤੋਂ ਬਾਅਦ ਉੱਥੇ ਚਲੇ ਗਏ, ਉੱਥੇ ਚਲੋ ਜੋ ਕੁੱਟਮਾਰ ਹੋਈ ਉਹ ਵੀ ਮੈਂ ਤਾਂ ਕੇਸ ਦਰਜ ਹੀ ਨਹੀਂ ਕਰਾਇਆ ਕਿਤੇ, ਨਾ ਕਿਸੇ ਨੂੰ ਕਿਹਾ ਵੀ ਮੇਰੇ ਨਾਲ ਅਟੈਕ ਹੋਇਆ, ਮੈਂ ਸਿਕਿਉਰਿਟੀ ਵਾਲੇ ਵੀ ਨਹੀਂ ਲੈ ਕੇ ਗਿਆ ਸੀ ਕੋਈ। ਤੁਹਾਨੂੰ ਇਨਪੁੱਟ ਸੀਗੇ ਵੀ ਤੁਹਾਡੇ 'ਤੇ ਹਮਲਾ ਹੋਊਗਾ, ਪਰ ਇਸ ਦੇ ਬਾਵਜੂਦ ਵੀ ਤੁਸੀਂ ਐਡਾ ਰਿਸਕ ਕਿਉਂ ਲਿਆ? ਦੇਖੋ ਮੈਨੂੰ ਇਹ ਮਾਣ ਸੀ, ਮੈਨੂੰ ਜਾਂ ਸਮਝ ਲਓ ਭੁਲੇਖਾ ਸੀ ਵੀ ਯਾਰ ਮੈਂ ਜਿਹਨਾਂ ਖਾਤਰ ਬੈਠਾ ਸਵਾ ਸਾਲ ਇੱਥੇ ਪਿਆ ਅਤੇ ਮੈਨੂੰ ਕੌਣ ਕਰ ਕੁਛ ਕਹਿ ਲੂਗਾ, ਮੈਂ ਤਾਂ ਇਹਨਾਂ ਦਾ ਨਾਲ ਦੁੱਖ ਸੁੱਖ ਦਾ ਸਾਥੀ ਹਾਂ। ਚਲੋ ਉਹ ਸ਼ਰਾਰਤੀ ਅਨਸਰ ਸੀਗੇ ਵਿੱਚੋਂ, ਬਾਅਦ 'ਚ ਤੁਹਾਨੂੰ ਪਤਾ ਸਟੇਜ ਤੋਂ ਰਾਜੇਵਾਲਾ ਰਾਜੇਵਾਲ ਸਾਹਿਬ ਨੇ ਅਤੇ ਹੋਰਾਂ ਨੇ ਉਹਨੂੰ ਡਿਨਾਈ ਵੀ ਕੀਤਾ ਵੀ ਇਹਨੂੰ ਅਸੀਂ ਕੰਡੈਮ ਕਰਦੇ ਹਾਂ, ਇਹ ਸਾਡੇ ਵੱਲੋਂ ਜੋ ਵੀ ਹੋਇਆ ਮਾੜਾ ਹੋਇਆ। ਚਲੋ ਉਦੋਂ ਬਾਅਦ ਉੱਥੇ ਆਪਾਂ ਚਾਹੇ ਚੂਹੇ ਸੀ ਰਾਤ ਨੂੰ, ਚਾਹੇ ਕੁੱਤੇ ਨਾਲ ਫਿਰਦੇ ਸੀ, ਚਾਹੇ ਜੋ ਪਾਣੀ ਗਰਾਊਂਡ 'ਚੋਂ ਛੱਡ ਦਿੰਦੇ ਸੀ ਕਿਉਂਕਿ ਉਦੋਂ ਤਾਂ ਬੀਜੇਪੀ 'ਚ ਨਹੀਂ ਸੀ, ਉਹ ਜਿਹੜਾ ਪਿੱਛੇ ਜੰਤਰ ਮੰਤਰ ਆ ਉੱਤੋਂ ਪਾਣੀ ਛੱਡ ਦਿੰਦੇ ਸੀ ਮਾਲੀ ਵੀ ਇਹ ਭੱਜਣਗੇ, ਆਪਾਂ ਇੱਟਾ ਉੱਟਾ ਲਾ ਕੇ ਤਖ਼ਤ ਫੂਸ ਲਾ ਲਏ, ਚਲੋ ਜੀ ਸਵਾ ਸਾਲ ਬੈਠੇ। ਪਰ ਮੈਨੂੰ ਇਹ ਦਰਦ ਆ ਮੇਰਾ, ਮੈਨੂੰ ਇਹ ਸੀ ਵੀ ਮੈਨੂੰ ਵੋਟ ਨਾ ਪਾਉਣ ਯਾਰ ਕਿਸਾਨ ਲੀਡਰ ਨੇ ਜਿਹੜੇ, ਜਾਂ ਮੈਨੂੰ ਇੰਨਾ ਤਾਂ ਕਹਿਣਗੇ ਯਾਰ ਵੀ ਕੋਈ ਗੱਲ ਨਹੀਂ ਬਿੱਟੂ ਤੂੰ ਬੀਜੇਪੀ ਦਾ ਕੈਂਡੀਡੇਟ ਹਾਂ, ਵੋਟ ਤਾਂ ਨਹੀਂ ਤੈਨੂੰ ਅਸੀਂ ਪਾਉਂਦੇ, ਵੋਟ ਤਾਂ ਨਹੀਂ ਪੈਣ ਦੇਣੀ, ਪਰ ਮੇਰਾ ਮੈਨੂੰ ਇਹ ਸੀ ਵੀ ਯਾਰ ਮੈਨੂੰ ਇਸ ਤਰੀਕੇ ਨਾਲ ਮੇਰਾ ਵਿਰੋਧ ਨਹੀਂ ਕਰਨਗੇ, ਮੈਨੂੰ ਇਹ ਸੀ ਵੀ ਕਿਤੇ ਤਾਂ ਫਰਕ ਰੱਖਣਗੇ। ਪਰ ਮੈਨੂੰ ਇਹ ਅਫਸੋਸ ਹੋਇਆ, ਦੁੱਖ ਹੋਇਆ ਵੀ ਮੈਂ ਸਵਾ ਸਾਲ ਆਪਣੇ ਕੋਠੀਆਂ ਮੈਂ ਲਈ ਆ, ਗੱਦੇ ਮਨਾਰੇ ਸਭ ਛੱਡ ਕੇ, ਘਰ ਛੱਡ ਕੇ, ਆ ਕਿਲੋਮੀਟਰ ਹੀ ਦੂਰ ਸੀ, ਉੱਥੇ ਮੈਂ ਆਪਣੇ ਬੱਚੇ ਛੱਡ ਕੇ, ਉੱਥੇ ਹੀ ਬੱਚੇ ਦਾ ਜਨਮ ਦਿਨ ਮਨਾਉਣਾ, ਉੱਥੇ ਹੀ ਨਵਾਂ ਸਾਲ ਮਨਾਇਆ। ਅਤੇ ਕੌਨਸ਼ੀਅੰਸੀ ਵਾਲੇ ਉਹ ਵੀ ਕਹਿੰਦੇ ਜੀ ਤੁਸੀਂ ਗੈਬ ਰਹੇ ਸਵਾ ਸਾਲ, ਉਰੇ ਵੜੇ ਨਹੀਂ, ਕਿਹੜਾ ਕੰਮ ਫੜ ਲਿਆ ਵੀ ਆ ਕੇ ਇੱਥੇ ਸਾਡੇ ਕੰਮ ਕਰੋ, ਜਿਹਨਾਂ ਲਈ ਕੀਤਾ ਉਹਨਾਂ ਨੇ ਕੁੱਟਿਆ ਵੀ, ਉਹਨਾਂ ਨੇ ਮਤਲਬ ਬੇਇੱਜ਼ਤੀ ਵੀ ਕੀਤੀ ਅਤੇ ਪਿੰਡਾਂ 'ਚ ਵੀ ਨਹੀਂ ਵੜਨ ਦਿੱਤਾ। ਮੈਨੂੰ ਤਾਂ ਇਸ ਗੱਲ ਦਾ ਹੀ ਮੇਰਾ ਪਰਸਨਲ ਆ, ਪਰ ਉਹਦੇ ਬਾਵਜੂਦ ਕਿਉਂਕਿ ਮੇਰੇ ਮਨ 'ਚ ਸੱਚਾਈ ਸੀ, ਉਹਦੇ ਬਾਵਜੂਦ ਵੀ ਅੱਜ ਕੈਬਨਿਟ 'ਚ ਬੈਠਾ। ਅਤੇ ਫਿਰ ਅੱਜ ਫਿਰ ਮੈਂ ਇੱਕ ਟੋਕ ਕੇ ਕਹਿਣਾ ਕਿਉਂਕਿ ਮੈਂ ਆਪ ਕਿਸਾਨ ਹਾਂ, ਕਿੱਧਰ ਮਰਾਂ, ਆਪ ਖੇਤੀ ਕਰਦਾ, ਮੈਂ ਜਾ ਕਿੱਥੇ ਸਕਦਾ, ਕਿਸਾਨ ਦਾ ਪੁੱਤ ਹਾਂ, ਜੱਟ ਦਾ ਪੁੱਤ ਹਾਂ, ਅਤੇ ਉਹਨਾਂ ਤੋਂ ਬਗੈਰ ਰਾਹ ਕੀ ਹੈ। ਇੱਕ ਗੱਲ ਕੀਤੀ ਸੀ ਵੀ ਸਾਡੇ ਸੰਸਕਾਰ ਬਹੁਤ ਹੈ ਪੈਰੀਂ ਹੱਥ ਲਾਉਣ ਦੇ, ਪਰ ਲਾਂਭਾ ਤੁਹਾਡਾ ਮਿਲਦਾ ਹੈ, ਪੈਰੀਂ ਹੱਥ ਜ਼ਰੂਰ ਲਾਉਂਦੇ ਹੋ ਜਦੋਂ ਮਿਲਦੇ ਹੋ, ਡਾਕਟਰ ਉਦਿਤ ਰਾਜ ਵੀ ਕਹਿੰਦੇ ਆ, ਅਤੇ ਪੋਸਟਰ ਵੀ ਲੱਗੇ ਲੁਧਿਆਣੇ ਦੇ ਵਿੱਚ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਤੁਹਾਡੇ ਦੋਸਤ ਨੇ ਲਾਏ ਵੀ ਫੋਨ ਵੀ ਚੱਕਾਂਗੇ ਅਤੇ ਕੰਮ ਵੀ ਕਰਾਂਗੇ, ਅਤੇ ਰਵਨੀਤ ਸਿੰਘ ਬਿੱਟੂ ਬਾਰੇ ਟੈਗ ਲਾਈਨ ਦਿੱਤੀ ਕਿ ਇਹ ਫੋਨ ਨਹੀਂ ਚੱਕਦੇ, ਹੁਣ ਤਾਂ ਜ਼ਿੰਮੇਵਾਰੀ ਵੱਡੀ ਹੈ, ਬਦਲੋਗੇ ਆਪਣਾ ਸੁਭਾਅ? ਦੇਖੋ ਇੱਕ ਗੱਲ ਹੈ, ਜਿੱਥੇ ਉਹਨਾਂ ਨੇ ਕਿਹਾ ਲੋਕਾਂ ਨੇ ਮੂੰਹ ਤੋੜ ਜਵਾਬ ਦਿੱਤਾ, ਐਨ ਪੂੰਝ ਕੇ ਰੱਖਤੇ, ਕਿਉਂਕਿ ਲੋਕਾਂ 'ਚ ਮੈਂ ਉੱਥੇ ਤਾਂ ਰਹਿੰਦਾ ਸੀ, ਜਿੱਥੇ ਉਹਨਾਂ ਨੇ ਬੋਰਡ ਲਾਏ ਨਾ ਉੱਥੇ ਦੇ ਬੂਥ ਸਾਨੂੰ 3,000 ਵੋਟ ਆ ਅਤੇ ਇਹਨਾਂ ਨੂੰ 300 ਵੋਟ ਆ, ਇੰਨਾ ਫਰਕ ਆ। ਈਸਟ ਹਲਕੇ ਦੀ ਮੈਂ ਗੱਲ ਕਰਦਾ, ਜਿੱਥੇ ਇਹਨਾਂ ਨੇ ਉਹ ਬੋਰਡ ਲਾਏ, ਜਿੱਥੇ ਕਿਹਾ ਉਹਦਾ ਮੂੰਹ ਤੋੜ ਜਵਾਬ, ਮਤਲਬ ਮੂੰਹ ਅਤੇ ਇਹਨਾਂ ਨੇ ਚਪੇੜਾਂ ਹੀ ਨਹੀਂ ਮਾਰੀਆਂ, ਜੋ ਜਿੱਥੇ ਇਹ ਕਹਿੰਦੇ ਸੀ ਪਿੰਡਾਂ 'ਚ ਤਾਂ ਵੰਡ ਨਹੀਂ ਨਾ ਦਿੱਤਾ, ਉਹ ਤਾਂ ਇਹਨਾਂ ਦਾ ਕੋਈ ਰੋਲ ਨਹੀਂ ਗਾ, ਉਹ ਤਾਂ ਕਿਸਾਨ ਲੀਡਰਾਂ ਦਾ ਜਾਂ ਜਿਹੜੇ ਵੀ ਸੀ ਲੋੜ ਸੀ, ਪਰ ਸ਼ਹਿਰ ਨੇ ਤੁਸੀਂ ਇਹ ਦੇਖੋ ਵੀ 300,000 ਵੋਟ ਪਾਉਣਾ ਅਤੇ ਇਹਨਾਂ ਨੂੰ ਉਸ ਗੱਲ ਦਾ ਜਵਾਬ ਆ ਜਿਹੜਾ ਉਹ ਮਿਲ ਗਿਆ ਹੈ, ਜਿਹੜਾ ਵੀ ਇਹ ਗੱਲ ਕਹਿੰਦਾ ਹੈ ਉਹਨੂੰ ਜਵਾਬ ਦੇ ਤਾ ਵੋਟਰ ਨੇ ਵੀ ਭਾਈ ਇਹੋ ਜਿਹਾ ਪ੍ਰਚਾਰ, ਇਹੋ ਜਿਹੀ ਗੱਲ ਨਾ ਅਸੀਂ ਚੱਲਦੇ ਹਾਂ, ਨਾ ਅਸੀਂ ਸੁਣਨੀ ਆ,
ਅਤੇ ਕਿਉਂਕਿ ਮੈਂ ਉਹਨਾਂ ਦੇ ਵਿੱਚ ਮਰਦਾਂ ਵਿਚਰਦਾਂ ਯਾਰ, ਉਹ ਮੈਨੂੰ ਕਿਵੇਂ ਛੱਡ ਦੇਣਗੇ। ਅਤੇ ਹੁਣ ਵਾਰੀ ਜਿਵੇਂ ਤੁਸੀਂ ਕਿਹਾ ਅਗਲੀ ਪਾਰੀ ਦੀ ਆ। ਹਾਂ, ਜਿਹੜੀ ਕਮੀ ਜਿਹੜੀ ਕੋਈ ਰਹੀ ਉਹਨੂੰ ਸੁਧਾਰਨਾ ਹੀ ਸਿਆਣਪ ਹੁੰਦੀ ਆ। ਅਤੇ ਜਿਵੇਂ ਤੁਸੀਂ ਕਿਹਾ ਉਹਨੂੰ ਹੋਰ ਦਰੁਸਤ ਕਿਵੇਂ ਕਰਨਾ, ਕਿਸ ਤਰੀਕੇ ਨਾਲ ਦਫ਼ਤਰ ਬਿਠਾਉਣਾ, ਕਿਸ ਤਰੀਕੇ ਨਾਲ ਹੋਰ ਆਪਰੇਟਰ ਬਿਠਾ ਕੇ ਜਿੱਥੇ ਆਪਣਾ ਦੁੱਖ ਸੁੱਖ ਦੱਸ ਸਕਣ, ਕਿਉਂਕਿ ਮੇਰੇ 'ਤੇ ਜ਼ਿੰਮੇਵਾਰੀ ਹੋਰ ਵੱਧ ਗਈ। ਬਹੁਤ ਦੇਸ਼ ਦੇ ਵਿੱਚ ਵੀ ਜਾਣਾ ਪਊ, ਹਰ ਜਗ੍ਹਾ 'ਤੇ ਵਿਦੇਸ਼ 'ਚ ਵੀ ਜਾਣਾ ਪਊ। ਅਤੇ ਇਸ ਲਈ ਪ੍ਰੋਪਰ ਦਫ਼ਤਰ ਜਿੱਥੇ 5 ਬੰਦੇ ਬੈਠੇ ਹੋਣ, ਹਰ ਬੰਦੇ ਦੀ ਗੱਲ ਸੁਣ, ਇਹ ਮੈਂ ਵਾਅਦਾ ਵੀ ਇਲੈਕਸ਼ਨ 'ਚ ਕੀਤਾ ਹੈ। ਅਤੇ ਜਿੱਥੇ ਜਿੱਥੇ MLA ਦੇ ਦਫ਼ਤਰ ਨੇ ਸਾਡੇ, ਹਲਕਾ ਇੰਚਾਰਜ ਮਤਲਬ, ਉੱਥੇ ਵੀ ਆਪਣੀ ਉਹ ਜਿਹੜੀ ਆ ਉਹ ਚਿੱਠੀ ਪੱਤਰ ਦਰਜ ਕਰਾ ਸਕਣ, ਉੱਥੇ ਦੇ ਸਕਣ, ਅਤੇ ਉਹਦਾ ਇੰਤਜ਼ਾਮ ਪੂਰਾ ਚੰਗੀ ਤਰ੍ਹਾਂ ਜਿਹੜਾ ਉਹਨੂੰ ਸੁਧਾਰ ਕਰਾਂਗੇ। ਦੋ ਸਵਾਲ ਦੇ ਜਵਾਬ ਬਣਦੇ। ਹੋਰ ਗ੍ਰਹਿ ਮੰਤਰੀ ਆਉਂਦੇ ਨੇ ਅਮਿਤ ਸ਼ਾਹ, ਔਰ ਉਹ ਵੀਡੀਓ ਲੋਕਾਂ ਨੇ ਸੇਵ ਕਰਕੇ ਰੱਖ ਲਈਆਂ ਵੀ ਬਿੱਟੂ ਦਾ ਰਿਜ਼ਲਟ ਕੀ ਬਣੇਗਾ। ਕਹਿ ਕੇ ਗਏ ਵੀ ਤੁਹਾਨੂੰ MP ਦੇ ਚੱਲੇ ਹਾਂ, ਜਿਤਾਉਣਾ ਨਾ ਜਿਤਾਉਣਾ ਤੁਹਾਡਾ ਫਰਜ਼, ਮੰਤਰੀ ਦੇਵਾਂਗਾ। ਯਾਰਾਨਾ ਕਿਵੇਂ ਇਹ ਮਤਲਬ ਸਿਰੇ ਚੜ੍ਹਿਆ, ਅਤੇ ਕੱਲ੍ਹ ਦੀ ਜਿਹੜੀ ਤੁਹਾਡੀ ਉਹਨਾਂ ਨੂੰ ਇੱਕ ਅਪੀਲ ਕਰਨ ਦੀ ਜਾਂ ਉਹਨਾਂ ਨੂੰ ਧੰਨਵਾਦ ਕਰਨ ਦੀ ਜਿਹੜੀ ਵੀਡੀਓ ਹੈ ਉਹ ਵੀ ਕਾਫੀ ਵਾਇਰਲ ਹੋ ਰਹੀ ਹੈ। ਦੇਖੋ ਬਈ, ਯਾਰੀ ਹੋਵੇ ਤਾਂ ਇਹੋ ਜਿਹੀ ਹੋਵੇ, ਜਿਵੇਂ ਉਹ ਕੀ ਪੰਜਾਬੀ ਨੇ ਕੀ ਤੂਤ ਦਾ ਮੋਸ਼ਾ ਕੀ ਕਹਿੰਦੇ ਹੁੰਦੇ, ਹਾਂ ਉਹ ਉਹਨਾਂ ਨੇ ਕਰਕੇ ਦਿਖਾ ਤੀ। ਅਤੇ ਇਹ BJP ਦੇ ਲੀਡਰ ਅਤੇ BJP 'ਚ ਕੁਆਲਿਟੀ ਹੈਗੀ ਆ, ਬਾਕੀ ਪਾਰਟੀਆਂ ਜਿਹੜੀਆਂ ਉਹ ਚੁਣਾਵੀ ਭਾਸ਼ਣ ਉੱਥੇ ਬੜੀਆਂ ਬੜੀਆਂ ਗੱਲਾਂ, ਇਹ ਹਮਾਰਾ ਐਸਿਡ ਹੈ, ਇਹ ਹਮਾਰਾ ਫਲਾਨਾ ਹੈ, ਇਹ ਰਾਹੁਲ ਗਾਂਧੀ ਵੀ ਐਂ ਕਹਿ ਕੇ ਜਾਂਦਾ ਹੁੰਦਾ ਸੀ ਵੀ ਇਹ ਮੇਰਾ ਭਵਿੱਖ ਆ ਸਾਡਾ, ਇਹ ਫਲਾਨਾ ਹੈ, ਧਿਮਕੜਾ ਹੈ। ਜਦੋਂ ਲੋਕਾਂ ਨੇ ਜਿਤਾ ਦੇਣਾ, ਵੋਟ ਪਾ ਦੇਣੀ, ਅਤੇ ਉਦੋਂ ਬਾਅਦ ਮੈਂ ਤੁਹਾਨੂੰ ਝੂਠ ਨਹੀਂ ਬੋਲਦਾ, ਨਾ ਮੈਂ ਬੋਲਿਆ ਕਦੇ। ਅੱਜ ਚਲੇ ਜਾਓ ਗੁਰਜੀਤ ਔਜਲਾ ਜੀ ਦੇ, ਅੱਜ ਚਲੇ ਜਾਓ ਡਿੰਪਾ ਜੀ ਦੇ, ਅੱਜ ਚਲੇ ਜਾਓ ਚੌਧਰੀ ਪਰਿਵਾਰ ਦੇ, ਹੁਣ ਤਾਂ ਨਹੀਂ ਗੇ, ਅੱਜ ਚਲੇ ਜਾਓ ਤੁਸੀਂ ਡਾਕਟਰ ਅਮਰ ਸਿੰਘ ਦੇ, ਹੋਰ ਕੌਣ ਨੇ ਜਿਹੜਾ ਵੀ, ਨਹੀਂ ਉਹ ਤਾਂ ਪ੍ਰਧਾਨ ਆ ਨਾ, ਅੱਜ ਚਲੇ ਜਾਓ ਘਬਾਇਆ ਦੇ, ਜੇ ਹਾਂ ਉਹ ਉਹ ਜਨਰਲ ਸੈਕਟਰੀ ਨੇ, ਜੇ ਇੱਕ ਵੀ, ਉਹ ਤਾਂ ਹੁਣ MP ਬਣੇ ਨਾ, ਮੈਂ ਪੁਰਾਣੇ MPਾਂ ਦੀ ਗੱਲ ਕਰਦਾ, ਜੇ ਆਪਣੇ ਬੱਚਿਆਂ ਦੇ ਸਿਰ 'ਤੇ ਹੱਥ ਧਰਕੇ ਜਾਂ ਆਪਣੇ ਇਸ਼ਟ ਦੇ ਗੁਰੂ ਦੇ ਹੱਥ ਧਰਕੇ ਕਹਿ ਦੇਣ ਵੀ ਰਾਹੁਲ ਗਾਂਧੀ ਉਹਨਾਂ ਨੂੰ ਪਿਛਲੇ 5 ਸਾਲ 'ਚ, ਮੈਂ ਕੀ ਕਹਿ ਰਿਹਾ ਵੀ ਜੇ ਰਾਹੁਲ ਗਾਂਧੀ ਉਹਨਾਂ ਨੂੰ ਪਿਛਲੇ 5 ਸਾਲ 'ਚ ਕਦੇ ਇਕੱਲਾ ਮਿਲਿਆ ਹੋਵੇ ਤਾਂ ਔਨ ਰਿਕਾਰਡ ਮੈਂ ਕਹਿ ਰਿਹਾ ਆਹ ਗੱਲ ਉਹ ਕਹਿ ਦੇਣ, ਅਤੇ ਮੈਂ ਜੋ ਕਹੂੰਗੇ ਉਹ ਕਰਨ ਨੂੰ ਤਿਆਰ ਹਾਂ। 5 ਸਾਲ ਮੈਂ ਕਹਿ ਰਿਹਾ, ਇੱਕ ਟਨਿਓਰ ਪੂਰੀ, ਜੇ ਇਕੱਲਾ ਕਿਸੇ MP ਨੂੰ ਰਾਹੁਲ ਗਾਂਧੀ ਮਿਲਿਆ ਹੋਵੇ, 5 ਤੋਂ ਵੀ ਉਦੋਂ 5 ਲਾ ਲਓ ਪਿਛਲੇ, ਔਜਲਾ ਸਾਹਿਬ ਤਾਂ ਸੀਗੇ, ਗੈਪ ਕਰਕੇ ਕਾਂਗਰਸ ਸੁੰਗੜ ਗਈ, ਪਰ ਹੁਣ ਉਹ ਕਹਿੰਦੇ ਆ ਪੱਪੂ ਵਾਲੀ ਸ਼ਬਦੀ ਤਾਂ ਬਦਲ ਗਈ, 50 ਤੋਂ ਅਸੀਂ 100 ਸੀਟਾਂ 'ਤੇ ਆ ਗਏ। ਨਹੀਂ 100 ਕਿੱਥੇ ਆਏ ਆ, ਹਾਂ ਉਹ ਤਾਂ ਇੱਕ ਫਿਗਰ ਬਹੁਤ ਵੱਡੀ ਆ, ਇਹ ਤਾਂ 2 ਵਾਲੇ ਨੇ, 2 ਨਹੀਂ ਟੱਪਣ ਵਾਲੇ। ਪੱਪੂ ਵਾਲੀ ਫਿਗਰ ਚਲੋ ਮੈਂ ਕਹਿਣਾ ਨਹੀਂ ਚਾਹੁੰਦਾ, ਜੇ ਬਦਲ ਗਈ ਹੁੰਦੀ ਤਾਂ LOP ਦਾ ਉਹਦਾ ਫੈਸਲਾ ਕੀਤਾ ਹੁੰਦਾ, ਉਹ ਕੀ ਕਹਿੰਦਾ ਭਾਪੇ ਜੀ ਉਹਨਾਂ ਦੇ ਜਿਹੜੇ ਜਿਹੜੇ ਵੱਡੇ ਖੜਗੇ ਸਾਹਿਬ, ਡਰੋ ਮਤ, ਉਹ ਹਜੇ ਜਵਾਕ ਨੂੰ ਇਹ ਕਹਿੰਦਾ ਵੀ ਡਰ ਨਾ ਲੈ ਲਾ, ਉਹ ਕਹਿੰਦਾ ਮੈਂ ਹਜੇ ਫੈਸਲਾ ਕਰੂੰਗਾ।
ਤੁਸੀਂ ਆਪ ਅੰਦਾਜ਼ਾ ਲਾਓ ਉਹ ਲੋਕਾਂ ਦੇ ਕੀ ਫੈਸਲੇ, ਕਾਂਗਰਸੀਆਂ ਦਾ ਉਹ ਫੈਸਲਾ ਕੀ ਕਰੂਗਾ ਜਿਹੜਾ ਆਪਣੇ ਆਪਣਾ ਨਹੀਂ ਫੈਸਲਾ ਕਰ ਸਕਦਾ? ਤੁਸੀਂ ਇਹਦੀ ਪੁਸ਼ਟੀ ਕਰੋਗੇ CWC ਨੇ ਮਤਾ ਪਾਤਾ ਵੀ ਤੂੰ ਬਣ? ਕੱਲ੍ਹ ਮੇਰੀ ਅਮਰਿੰਦਰ ਸਿੰਘ ਰਾਜਾਵੜਿੰਗ ਨਾਲ ਗੱਲ ਹੋਈ ਹੈ, ਉਹ ਕਹਿੰਦੇ ਬੜੀ ਦੇਰ ਪਹਿਲਾਂ ਸੁਣਦੇ ਸੀ CWC ਜਦੋਂ ਸਰਦਾਰ ਜਗਮੀਤ ਸਿੰਘ ਬਰਾੜ ਜਾਂ ਜਾਖੜ ਸਾਹਿਬ, ਵੱਡੇ ਜਾਖੜ ਸਾਹਿਬ, ਬਲਰਾਮ ਜਾਖੜ ਸਾਹਿਬ ਹੁੰਦੇ ਸੀ ਮੈਂਬਰ, ਅਤੇ ਬੜੀ ਦੇਰ ਬਾਅਦ ਮੀਟਿੰਗ ਸੁਣੀ ਹੈ ਅਤੇ ਹੁਣ ਚੰਗੇ ਜਾਣੀ ਰੌਣਕ ਲੱਗ ਗਈ 24 ਅਕਬਰ ਰੋਡ ਦੇ ਉੱਤੇ, ਇਸ ਗੱਲ ਨੂੰ ਕਿਵੇਂ ਲੈਂਦੇ ਨੇ? ਗੱਲ ਦੇਖੋ, CWC ਵਾਕਈ ਗੱਲ ਤੁਹਾਡੀ ਠੀਕ ਆ ਵੀ ਕਿੱਥੇ ਉਹ ਲੀਡਰ ਬਹਿੰਦੇ ਸੀ, ਅੱਜ CWC 'ਚ ਕਿਹੜੇ ਕਿਹੋ ਜਿਹੇ ਲੀਡਰ ਬਹਿੰਦੇ ਆ, ਇਹ ਵੀ ਬੜਾ ਵੱਡਾ ਤਬਦੀਲੀ ਆ। ਕਿੱਥੇ 5-5, 6-6, 10-10 ਵਾਰ ਦੇ MP ਹੁੰਦੇ ਸੀ, 5-5 ਵਾਰ ਦੇ ਕੈਬਨਿਟ ਮੰਤਰੀ, CM ਮੰਤਰੀ ਹੁੰਦੇ, ਉਹ ਵਾਹ ਜੀ ਵਾਹ ਕਿਆ ਗੱਲਾਂ ਕਰੋ। ਅੱਜ ਕਾਂਗਰਸ ਸੁੰਗੜਦੀ ਉਹ ਦਿਖਦੀ ਹੈ, ਵੀ ਫਰਕ ਉਹ ਅੰਤਰ ਲਾ ਲਓ ਅਤੇ ਅੱਜ ਕਾਂਗਰਸ ਜਿਹੜੀ ਬੈਠੀ ਹੈ ਉੱਥੇ CWC 'ਚ ਉਹ ਲਾ ਲਓ। ਮੈਂ ਰਵਨੀਤ ਸਿੰਘ ਬਿੱਟੂ ਨੂੰ ਉਦੋਂ ਵੀ ਦੇਖਿਆ ਜਦੋਂ ਰਵਨੀਤ ਸਿੰਘ ਬਿੱਟੂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਣੇ ਅਤੇ ਗਲ ਦੇ ਵਿੱਚ ਬਸਤਾ ਪਾ ਕੇ ਲੋਕਾਂ ਨੂੰ ਕਹਿੰਦੇ ਕਿ ਆਪਦਾ ਤਕਲੀਫ ਦੱਸੋ, ਆਪਦੀ ਦੁੱਖ ਦੱਸੋ, ਆਪਦੀ ਐਪਲੀਕੇਸ਼ਨ ਦੱਸੋ, ਲੋਕਾਂ ਨੇ ਬੜੀ ਆਸ ਨਾਲ ਤੁਹਾਨੂੰ ਦਿੱਤਾ। ਇਹੀ ਕਲਚਰ ਅਪਣਾਇਆ ਵਿਕਰਮ ਚੌਧਰੀ ਨੇ ਅਤੇ ਉਹ ਜਿਹੜੀਆਂ ਐਪਲੀਕੇਸ਼ਨਾਂ ਸੀਗੀਆਂ, ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਯਾਤਰਾ ਕੱਢੀ ਅਤੇ ਉਹੀ ਕਲਚਰ ਅਪਣਾਇਆ ਅਤੇ ਲੋਕਾਂ ਨੂੰ ਬੜੀ ਆਸ ਉਮੀਦ ਸੀ ਕਿ ਸਾਡੇ ਕਿਸੇ ਲੀਡਰ ਨੇ ਸਾਡੇ ਘਰ ਆ ਕੇ ਸਾਡੀ ਐਪਲੀਕੇਸ਼ਨ ਫੜੀ ਹੈ, ਪਰ ਉਹ ਤਿੰਨਾਂ ਆਸਾਂ ਦੇ ਉੱਤੇ ਉਹਨਾਂ ਦੀ ਆਸ ਨੂੰ ਕੋਈ ਪੂਰ ਨਹੀਂ ਪਿਆ। ਹੁਣ ਤਾਂ ਮਿਨਿਸਟਰ ਆਫ ਸਟੇਟ ਹੈ, ਯਰਾਨਾ ਤੁਸੀਂ ਗ੍ਰਹਿ ਮੰਤਰੀ ਦਾ, ਪ੍ਰਧਾਨ ਮੰਤਰੀ ਨੇ ਤੁਹਾਨੂੰ ਸੱਦ ਕੇ ਕਿਹਾ ਵੀ ਆਓ ਵੀ ਤੁਹਾਨੂੰ ਮੰਤਰੀ ਬਣਾਉਣਾ, ਉਹ ਲਾਂਭੇ ਲਾਓਗੇ, ਫੋਨ ਚੱਕੋਗੇ, ਲੋਕਾਂ ਦੀਆਂ ਗੱਲਾਂ ਸੁਣੋਗੇ ਔਰ ਦਫ਼ਤਰਾਂ ਦੇ ਵਿੱਚ ਜਿਹੜੇ ਆਮ ਲੋਕ ਬੈਠੇ ਆ ਤਰਸਦੇ ਆ ਜਿਹੜੇ ਆਪਣੀ ਗੱਲ ਕਰਨ ਤੋਂ, ਜਿਨ੍ਹਾਂ ਦੇ ਕੋਈ ਉਬਾਲੀ ਵਰਸ ਨਹੀਂ, ਉਹਨਾਂ ਦੀਆਂ ਆਸਾਂ ਉਮੀਦਾਂ 'ਤੇ ਰਵਨੀਤ ਸਿੰਘ ਬਿੱਟੂ ਕਿੰਨਾ ਖਰਾ ਉਤਰੇਗਾ? ਬੇਟਾ ਜੀ, ਪਹਿਲਾਂ ਤਾਂ ਮੈਂ ਤੁਹਾਨੂੰ ਉਹ ਝੋਲਿਆਂ ਦੀ ਦੱਸਦਾ ਗੱਲ ਵੀ ਉਹ ਸਾਰੇ ਝੋਲੇ ਭਰੇ ਭਰਾਏ ਸਾਰੇ, ਉਹ 7 AICC ਮੰਗਾ ਲਏ ਵੀ ਉਰੇ ਲਿਆਓ, ਇਕੱਲੇ ਇਕੱਲੇ ਦਾ ਅਸੀਂ ਹੱਲ ਕਰਨਾ ਹੈ। ਮਤਲਬ ਡਾਟਾ ਇਕੱਠਾ ਕਰਨਾ ਸੀ, ਉਦੋਂ ਤਾਂ ਸੋਸ਼ਲ ਮੀਡੀਆ ਨਹੀਂ ਸੀਗਾ। ਮੈਂ ਕਿਹਾ ਜੀ ਸਾਰਾ ਕੁਛ ਮੰਗਾ ਕੇ ਇੱਥੇ ਚਾੜੀ ਗਏ ਉੱਤੇ ਪਤਾ ਨਹੀਂ ਕਿੰਨਾ ਲੱਖਾਂ ਕਰੋੜ ਰੁਪਈਆ ਉਹ ਖਰਚ ਕਰਤਾ ਉਹ 'ਤੇ, ਚਾਹੇ ਉਹ ਡਾਟਾ ਸੀ। ਫਿਰ ਤੁਹਾਨੂੰ ਯਾਦ ਹੋਣਾ ਅਸੀਂ ਲਿਆ ਜਿਹੜੇ ਕਿਸਾਨਾਂ ਖਾਤਰ ਭਰਾਏ ਸੀ ਕਰਜ਼ਾ ਕਾਰਡ, ਤੁਹਾਡੇ ਜਿਹੜੇ ਛੋਟੇ ਕਿਸਾਨ ਆ, ਸੀਮਿਤ ਕਿਸਾਨ, ਉਹਨਾਂ ਦੇ ਕਰਜ਼ੇ ਮਾਫ਼ ਕਰ ਰਹੇ ਹਾਂ ਅਤੇ ਫਾਰਮ ਭਰ ਕੇ ਦਿਓ ਅਤੇ ਉਹ ਬੋਰੀਆਂ ਜਿਹੜੀਆਂ ਫਾਰਮਾਂ ਦੀਆਂ ਸਾਰੇ ਹਲਕਿਆਂ 'ਚ ਪਹੁੰਚਾਈਆਂ ਗਈਆਂ, ਉਹ ਚੱਕ ਕੇ ਅਸੀਂ ਉਰੇ ਲੈ ਆਏ। ਆਹ ਸਾਰਾ AIC ਦਾ ਚਾਵਰੀ ਅੱਗੋ ਗਰਾਊਂਡ ਭਰ ਗਿਆ, ਮੇਰੇ ਵਾਲਾ ਜਿਹੜਾ ਸਮਾਨ ਸਾਰਾ ਉਹ ਜਿਹੜਾ ਮੇਰੇ ਝੋਲੇ 'ਚ ਸੀ ਉਹ AIC ਉਹ ਪਿਆ ਹੈ IYC ਯੂਥ ਕਾਂਗਰਸ ਦਫ਼ਤਰ 'ਚ, ਵਿਕਰਮ ਵਾਲਾ ਵੀ ਉੱਥੇ ਹੀ ਪਿਆ ਹੈ ਅਤੇ ਆਹ ਬਾਕੀ ਉੱਥੇ ਪਿਆ ਹੈ। ਚਲੋ ਉਹ ਦੂਜੀ ਗੱਲ, ਹੁਣ ਉਹ ਤਾਂ ਰਹਿ ਗਈ ਗੱਲ, ਉੱਥੇ ਮੁੱਕ ਗਈ। ਪਰ ਹੋਣਾ BJP ਅਤੇ ਜ਼ਮਾਨਾ ਵੀ ਮੋਦੀ ਸਾਹਿਬ ਦਾ ਹੈ, ਡਿਜੀਟਲ ਦਾ ਜ਼ਮਾਨਾ ਹੈ, ਇਹ ਬਿਲੀਵ ਕਰਦੇ ਆ ਬਈ ਸਰਕਾਰ ਦਾ ਇਹ ਕੰਮ ਆ ਵੀ ਇੱਕ ਦੀ ਗੱਲ ਨਹੀਂ ਗੀ, ਗੱਲ ਇਹ ਆ ਵੀ ਆਹ ਜਿਹੜੀ ਸਕੀਮ ਆ ਇਹ ਸਾਰਿਆਂ ਲਈ ਲਾਗੂ ਹੋਵੇ। ਉਹ ਮੇਰਾ ਕੰਮ ਇਹ ਆ ਵੀ ਉਹ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਹੈ ਉਹ ਹਰ ਪਿੰਡ ਤੱਕ, ਹਰ ਸ਼ਹਿਰ ਤੱਕ ਪਹੁੰਚਦੀ ਹੈ ਜਾਂ ਨਹੀਂ ਪਹੁੰਚਦੀ। ਜੇ ਇੱਥੋਂ ਕਣਕ ਭੇਜਦੇ ਆ ਉਹ ਜਾ ਕੇ 5 ਕਿਲੋ ਦੀ ਜਗ੍ਹਾ ਜੇ ਮਿਲੇ ਹੀ 3 ਕਿਲੋ, ਫਿਰ ਕਾਹਦੀ ਗੱਲ ਆ? ਉਹ ਚੀਜ਼ ਮਨਰੇਗਾ ਦਾ ਪੈਸਾ ਹੈ, ਕਰੋੜਾਂ ਰੁਪਈਆ ਜਾ ਰਿਹਾ, ਕੀ ਉਹ ਥੱਲੇ ਲੱਗ ਰਿਹਾ ਜਾਂ ਕਿਤੇ ਸਰਪੰਚ ਆਪਣੇ ਘਰੇ ਕੰਮ ਕਰਵਾ ਕੇ ਦੇਈ ਜਾਂਦਾ? ਉਹ ਇਕੱਲਾ ਇਕੱਲਾ ਇਹ ਮੈਂ ਦੇਖੂੰਗਾ ਵੀ ਕਿਹੜੇ ਸਰਪੰਚ ਦੇ ਘਰੇ ਕੰਮ ਹੋਇਆ ਅਤੇ ਖੇਤ 'ਚੋਂ ਕੰਮ ਹੋਇਆ ਜਾਂ ਨਹੀਂ ਹੋਇਆ, ਸੜਕ 'ਤੇ ਹੋਇਆ ਜਾਂ ਨਹੀਂ ਹੋਇਆ। ਇਹ ਚੀਜ਼ਾਂ ਹੈ ਜਿਹੜੀਆਂ ਅੱਗੇ ਕਰਨ ਵਾਲੀਆਂ ਹੈ। ਜੇ ਕਿਸੇ ਨੂੰ ਮਕਾਨ ਦਾ ਪੈਸਾ ਉਹ ਪਹੁੰਚਿਆ ਕਿ ਪਹੁੰਚਿਆ, ਜੇ ਸਿਲੰਡਰ ਪਹੁੰਚਿਆ ਕਿ ਨਹੀਂ ਪਹੁੰਚਿਆ, ਹੁਣ ਜ਼ਿੰਮੇਵਾਰੀ ਇਹ ਆ। ਨਸ਼ਿਆਂ ਦੀ ਗੱਲ ਹੋ ਰਹੀ ਹੈ ਔਰ ਗ੍ਰਹਿ ਮੰਤਰੀ ਕਹਿੰਦੇ ਆ ਕਿ ਅਸੀਂ ਨਾਰਕੋਟਿਕਸ ਦੇ 17 ਜ਼ਿਲ੍ਹਿਆਂ ਦੇ ਵਿੱਚ ਦਫ਼ਤਰ ਖੋਲ੍ਹਾਂਗੇ, ਉਸ ਗੱਲ ਨੂੰ ਤੁਸੀਂ ਕਿਵੇਂ ਲੈਂਦੇ ਹੋ? ਪੰਜਾਬ ਤੋਂ ਬਿਲੋਂਗ ਕਰਦੇ ਹੋ, ਪੰਜਾਬ ਦੇ ਵਿੱਚ
ਨੌਜਵਾਨ ਪੀੜ੍ਹੀ ਹੈ ਜਿਹੜੀ ਪਲਾਇਨ ਕਰ ਚੁੱਕੀ ਹੈ। ਆਮ ਲੋਕ ਜਿਹੜੇ ਬੜੇ ਦੁਖੀ ਨੇ, ਇੱਥੋਂ ਤੱਕ ਕਿ ਉਹ ਮੰਗ ਕਰਨ ਲੱਗ ਪਏ ਕਿ ਸਾਨੂੰ ਅਫੀਮ ਦਾ ਜਾਂ ਭੁੱਖੀ ਦਾ ਜਿਹੜਾ ਹੈ ਖੇਤੀ ਦੀ ਇਜਾਜ਼ਤ ਦੇ ਦਿਓ, ਚਿੱਟੇ ਨੇ ਸਾਡੀ ਜਵਾਨੀ ਜਿਹੜੀ ਮਾਰ ਦੇਣੀ ਹੈ। ਦੇਖੋ, ਮੈਂ ਇਹੀ ਬੇਨਤੀ ਕੀਤੀ ਸੀ ਜਦੋਂ ਅਮਿਤ ਸ਼ਾਹ ਜੀ ਆਏ, ਉਹਨਾਂ ਨੇ ਕਿਹਾ ਵੀ ਇੱਕ ਦਫ਼ਤਰ ਆ, 17 ਦਫ਼ਤਰ ਪੰਜਾਬ 'ਚ ਨਾਰਕੋਟਿਕਸ ਬਿਊਰੋ ਦੇ ਖੁੱਲ੍ਹਣਗੇ, ਜਿੱਥੇ ਇਹ ਕੰਮ ਇੱਥੋਂ ਮੋਨੀਟਰ ਕਰਕੇ ਇਹ ਕੰਮ ਨੂੰ, ਉੱਥੇ ਜਿਹੜਾ ਵੀ ਰਲਿਆ, ਕੋਈ ਪੋਲੀਟੀਕਲ ਲੀਡਰ ਰਲੇ ਆ, ਕਾਂਗਰਸੀ ਰਲੇ ਆ, ਕੋਈ ਅਕਾਲੀ ਦਲ ਨਾਲ ਰਲੇ ਆ, ਕੋਈ ਆਮ ਵਾਲੇ, ਇਹਨਾਂ ਨੂੰ ਸਾਰਿਆਂ ਨੂੰ ਚੱਕ ਕੇ ਡਿਬਰੂਗੜ੍ਹ, ਸਾਰਿਆਂ ਨੂੰ ਚੱਕ ਕੇ ਮੱਧਿਆ ਪ੍ਰਦੇਸ਼, ਇਹ 17 ਦਫ਼ਤਰ ਇਹ ਕੰਮ ਕਰਨਗੇ। ਕਿਉਂਕਿ ਪੋਲੀਟੀਕਲ ਲੋਕ, ਅਫਸਰ ਅਤੇ ਕੁਛ ਵੱਡੇ ਲੋਕ, ਉਹਨਾਂ ਦਾ ਨੈਕਸਿਸ ਆ, ਅਤੇ ਜਦੋਂ 17 ਦਫ਼ਤਰ ਖੁੱਲ੍ਹ ਗਏ ਅਤੇ ਉੱਥੇ ਚੱਲਣ ਲੱਗ ਗਿਆ ਕੰਮ, ਅਤੇ ਇਹਨਾਂ ਦੀਆਂ ਗਿੱਚੀਆਂ ਤੋਂ ਫੜ ਫੜ ਇਹਨਾਂ ਨੂੰ ਸਿੱਟੂ। ਇਸ ਕਰਕੇ ਨਿਗਾਹ ਰੱਖਾਂਗੇ ਉੱਤੇ, ਨਿਗਾਹ ਮੈਂ ਰੱਖੂੰਗਾ ਵੀ ਇਹ ਕੀ ਕੰਮ ਚੱਲ ਰਿਹਾ। ਮਾਸ ਦਾ ਰਿਸ਼ਤਾ ਦੁਬਾਰਾ ਜੁੜ ਸਕਦਾ ਹੈ। ਚੰਦੂ ਮਾਜਰਾ ਸਾਹਿਬ ਕਹਿੰਦੇ ਕਿ ਜੇ ਸਾਡਾ ਸਮਝੌਤਾ ਹੁੰਦਾ ਤਾਂ ਸਾਨੂੰ ਨੋਟਾਂ ਤੋਂ ਘੱਟ ਵੋਟਾਂ ਨਾ ਪੈਂਦੀਆਂ। ਅਤੇ ਫਿਰ ਮੰਨ ਜਾਂਦੇ, ਉਦੋਂ ਕਾਹਨੂੰ ਨਹੀਂ ਮੰਨੇ, ਅੜੇ ਰਹੇ, ਸੀਟਾਂ ਇੰਨੀਆਂ। ਜੇ ਮੰਨ ਜਾਂਦੇ, ਗੱਲ ਤਾਂ ਸੀਟਾਂ ਦੀ ਓ ਲੜਾਈ ਸੀ ਨਾ, ਸੀਟਾਂ ਮੰਨ ਜਾਂਦੇ ਤਾਂ ਅੱਜ 13 ਦੀਆਂ 13 ਜਿੱਤੀਆਂ ਹੁੰਦੀਆਂ। 2027 'ਚ ਰਵਨੀਤ ਸਿੰਘ ਬਿੱਟੂ ਬੀਜੇਪੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਹੋਣਗੇ? ਦੇਖੋ, ਮੇਰਾ ਤਾਂ ਜੀ ਕਰਦਾ ਮੈਨੂੰ ਅੱਜ ਹੀ ਹੋ ਜੇ, ਪਰ ਇਹ ਹਲੇ ਇੱਛਾ ਭਰੀ ਨਹੀਂ ਮਿਨਿਸਟਰ ਆਫ ਸਟੇਟ ਬਣ ਕੇ। ਨਹੀਂ, ਉਹ ਪੰਜਾਬ ਦੀ ਜਿਹੜੀ ਇੱਛਾ ਹੈ ਉਹ ਕਦੇ, ਉਹ ਅਲੱਗ ਇੱਕ ਨਜ਼ਾਰਾ ਹੁੰਦਾ। ਪਰ ਪਹਿਲਾਂ ਮਿਹਨਤ ਕਰਨੀ ਪਊ, ਉਹ ਗਰਾਊਂਡ ਤਿਆਰ ਕਰਨ ਲਈ ਬੜੀ ਮਿਹਨਤ ਕਰਨੀ ਪਊ। ਹਜੇ ਸਾਨੂੰ 2 ਸਾਲ ਪਹਿਲਾਂ ਉਹ ਗਰਾਊਂਡ ਤਿਆਰ ਕਰਾਂਗੇ, ਫਿਰ ਉਸ ਗਰਾਊਂਡ 'ਤੇ ਖੇਲਾਂਗੇ। ਕੋਈ ਗੱਲ ਰਹਿ ਗਈ ਹੋਵੇ ਮੈਂ ਭੁੱਲ ਗਿਆ ਹੋਵਾਂ, ਤੁਸੀਂ ਦੱਸਣੀ ਚਾਹੁੰਦਾ ਹੋਵਾਂ? ਬੜੇ ਦਿਨ ਬਾਅਦ ਮਿਲਿਆ, ਔਰ ਮੈਂ ਤਾਂ ਸਵੇਰ ਦਾ ਆਇਆ ਸੀ, ਟਾਈਮ ਬੜਾ ਔਖਾ ਮਿਲਿਆ। ਬੇਟਾ ਜੀ, ਜਿਹੜਾ ਆਪਣਾ ਹੁੰਦਾ ਨਾ, ਉਹ ਆਰਾਮ ਨਾਲ ਬੈਠਾ ਰਹਿੰਦਾ, ਉਹਨੂੰ ਉਹਦੇ ਅੱਖਾਂ 'ਚ ਵੀ ਖੁਸ਼ੀ ਹੁੰਦੀ ਆ ਵੀ ਮੇਰਾ ਛੋਟਾ ਭਰਾ ਅੱਜ ਮਿਹਨਤ ਕਰਦੇ ਨੂੰ ਕਿੰਨੇ ਸਾਲ ਹੋ ਗਏ, ਅੱਜ ਇਹਦੇ ਘਰ ਵੀ ਰੌਣਕ ਲੱਗੀ ਆ। ਹੈਂਜੀ, ਉਹ ਦੇਖ ਕੇ ਮੈਨੂੰ ਵੀ ਪਤਾ ਵੀ ਤੁਹਾਡੇ ਮਨ 'ਚ ਵੀ ਇਹ ਖੁਸ਼ੀ ਆ। ਇਸ ਕਰਕੇ, ਪਰ ਆਪਾਂ ਇਹ ਗੱਲਾਂ ਦੁੱਖ ਸੁੱਖ ਪੰਜਾਬ ਦੇ ਸਾਰੇ ਕਰਦੇ ਰਹਾਂਗੇ, ਇਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਵੀ ਤੁਹਾਡਾ ਚੈਨਲ ਆ ਜਿਹੜਾ ਉਹ ਬੜਾ ਹੀ ਪਿਆਰਾ ਚੈਨਲ ਆ, ਅਤੇ ਤੁਸੀਂ ਆਪ ਬਿੱਟੂ ਅਤੇ ਬਿੱਟਾ ਜਿਹੜੇ ਉਹ ਨੌਈ ਐਸੇ ਆ ਜਿਨ੍ਹਾਂ ਦਾ ਸੰਬੰਧ ਜੁੜਿਆ ਰਹੂਗਾ। ਥੈਂਕ ਯੂ। ਸੋ ਇਹਨੇ ਰਵਨੀਤ ਸਿੰਘ ਬਿੱਟੂ ਬਹੁਤ ਖੁੱਲ੍ਹੀਆਂ ਗੱਲਾਂ ਕੀਤੀਆਂ, ਕੇਂਦਰ ਦੇ ਵਿੱਚ ਮਿਨਿਸਟਰ ਆਫ ਸਟੇਟ ਬਣੇ ਔਰ ਪੰਜਾਬ ਦੇ ਨਾਲ ਦਿੱਲੀ ਦਾ ਜਿਹੜਾ ਰਿਸ਼ਤਾ ਜੋੜਨ ਦੀ ਗੱਲ ਕਰਦੇ ਆ। ਸੋ ਮੈਨੂੰ ਜਸਵਿੰਦਰ ਸਿੰਘ ਬਿੱਟਾ ਨੂੰ ਦਿਓ ਇਜਾਜ਼ਤ, ਦੇਖਦੇ ਰਹੋ ਤੁਹਾਡਾ ਆਪਣਾ, ਤੁਹਾਡੇ ਲਈ ਪ੍ਰਾਈਮ ਏਸ਼ੀਆ ਟੀਵੀ।